मेरी ते पिंड दी इज्जत तेरे हाथ च बल्लिया, चल दिखा दे अपने डौलिया दा जोर। शाबाश शाबाश शाबाश, चल पुत्तर चल। हो गया पुत कॉले दा टाइम। हां जी डैडी, रोटी बनाती आ। गुरजीत वीरे लिए भी ले जियो ते आप भी खा लियो टाइम सिर। रोज रोज इको गल कहना भूलदी नहीं अपनी मां वांग। तुसी भी तो इको ही गल कहने हो। प्रीति पुत्र ध्यान रखी। ओ जसिया तैयार नहीं होया? शीशे अगे खड़ा वाल खड़े करी जांदा है। मेनू भी लेट कराऊगा। ओ जसी, ओ किताबां किथे आ? किताबां तो सारी पढ़दे आ डैडी। यार ता हवा चो अखर फड़न वाले हां। हवा च की गल नक्कला ही खड़ा है। थले उतर। की हुआ जसी? कुछ नहीं, मैं 2 मिनट गल करनी। तू जा। चंगा। ये कितने आ गए यार, देख लेने हैं। पाजी तुसी ऐथे? तुसी गड्डी ऐथे क्यों खड़ी कीती हुई है? कॉलेज तो सानू आना ही पिया। पैसे कदों देंगा? जी बस कर रहे हैं, एक दो दिनों च। बलराज पाजी बहुत गुस्से च ने, पहुंचा दी फिर ना आखी। तेरे नाल दे मुंडे इन्ने चुस्त नहीं, तू ही है कैंप पट्ठा, डटिया रह। जी यार, इन्नी उच्ची गाने मेरी गल ही नहीं सुनता यार तू। ओए जट दी मौजा सुनिया नाले, आपा केड़ा खाड़े सुन चाहिदा किते। शौक भी न्यारे ही आ तेरे भाई, मिट्टी नाल मिट्टी भी तो असी हुन्ने आ। फिर नाले जी राजी करन भी कोई चाहिदा कि नहीं?
ਤੂੰ ਸੁਣਾ ਕਿਵੇਂ ਆ? ਉਹ ਮੈਂ ਤਾਂ ਯਾਰ ਇੱਕ ਜ਼ਰੂਰੀ ਗੱਲ ਕਰਨੀ ਸੀ ਤੇਰੇ ਨਾਲ। ਗੱਲ ਕਰ ਲੈਂਦੇ ਹਾਂ ਯਾਰ, ਆ ਪਹਿਲਾਂ ਸਦੀਕ ਦੇ ਮੂੰਹ ਤੇ ਚੇਪੀ ਲਾ ਦਈਏ। ਆ ਚੱਕ ਬੱਲਿਆ। ਲੈ ਤਾਇਆ ਜੀ ਵੀ ਆ ਗਏ, ਆ ਜਾਓ ਤਾਇਆ ਜੀ ਇੱਧਰ ਨੂੰ ਹੀ। ਨਾ ਗੱਲ ਤੂੰ ਮੇਰੇ ਨਾਲ ਕਰਨੀ ਆ ਤਾਏ ਨਾਲ? ਉਹ ਯਾਰ ਦੋਹਾਂ ਨਾਲ ਕਰਨੀ ਆ। ਕਿਉਂ ਪਾ ਰਵਿੰਦਰ ਸਿੰਘ ਕਿਵੇਂ ਆ? ਵਧੀਆ ਜੀ ਬਸ। ਲੈ ਭਾਈ ਤੁਸੀਂ ਦੋਵੇਂ ਭਰਾ ਆਰਾਮ ਨਾਲ ਖਾਓ ਰੋਟੀ, ਮੈਂ ਤਦ ਤੱਕ ਦਿੰਦਾ ਗੇੜੀ। ਨਹੀਂ ਤਾਇਆ ਜੀ ਇੱਕ ਜ਼ਰੂਰੀ ਗੱਲ ਕਰਨੀ ਹੈ। ਬਾਕ ਹੁਣ ਘੰਟਾ ਹੋ ਗਿਆ, ਗੱਲ ਕਰਨੀ ਹੈ, ਗੱਲ ਕਰਨੀ ਹੈ। ਪ੍ਰੀਤੀ ਭੈਣ ਲਈ ਚੰਗੇ ਖਾਂਦੇ ਪੀਂਦੇ ਘਰੋਂ ਰਿਸ਼ਤਾ ਆਇਆ, ਤੁਸੀਂ ਕਹੋ ਤਾਂ ਗੱਲ ਤੋਰਾਂ। ਪੁੱਤ ਨੇਕੀ ਤੇ ਪੁੱਛ ਪੁੱਛ ਤੂੰ ਅੱਜ ਹੀ ਗੱਲ ਕਰ। ਨਹੀਂ ਡੈਡੀ ਪ੍ਰੀਤੀ ਤਾਂ ਆਪਣੀ ਪੜ੍ਹਦੀ ਆਲੇ। ਗੁਰਜੀਤ ਪੁੱਤ ਉਹ ਰਿਸ਼ਤਾ ਪੱਕਾ ਕਰ ਦਿੰਦੇ ਆ, ਵਿਆਹ ਠਹਿਰ ਕੇ ਸਹੀ। ਉਹ ਨਾਲੇ ਯਾਰ ਬੀਏ ਤਾਂ ਹੋਰ 3 ਮਹੀਨਿਆਂ ਨੂੰ ਹੋ ਹੀ ਜਾਣੀ ਆ। ਹੋਰ ਪੁੱਤ ਤੂੰ ਅੱਗੇ ਗੱਲ ਤੋਰ। ਠੀਕ ਹੈ ਤਾਇਆ ਜੀ ਮੈਂ ਚੱਲਦਾ, ਜਲਦੀ ਦਿੰਦਾ ਖੁਸ਼ਖਬਰੀ। ਚੰਗਾ ਜੀ। ਚੰਗਾ ਪੁੱਤ। ਉਹ ਤੁਹਾਡੀ ਗੁਰਜੀਤ ਪੁੱਤ। ਹਾਂ ਉਹ ਪ੍ਰੀਤੀ ਨੂੰ ਤੋਰਨ ਤੋਂ ਪਹਿਲਾਂ ਉਹਦੀ ਭਾਬੀ ਤਾਂ ਲਿਆ। ਡੈਡੀ ਲੱਗਦਾ ਜੇ ਪ੍ਰੀਤੀ ਨੇ ਰੋਟੀ ਬੜੀ ਸਵਾਦ ਬਣਾਈ ਆ। ਤੂੰ ਵੀ ਆਪਣੀ ਮਾਂ ਵਰਗਾ ਜਿੱਦੀ ਆ। ਸਰਦਾਰ ਸਾਹਿਬ ਇਹ ਬੱਚੇ ਮੇਰੀ ਜਾਇਦਾਦ ਨੇ। ਹਾਂ ਜੇ ਫਿਰ ਵੀ ਤੁਹਾਡੀ ਕੋਈ ਖਾਸ ਮੰਗ ਹੋਵੇ ਤਾਂ। ਸਰਦਾਰ ਸਾਹਿਬ ਸਾਡੇ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਹੈ, ਤੁਸੀਂ ਇਹੋ ਜਿਹੀ ਗੱਲ ਦੁਬਾਰਾ ਨਾ ਕਰਿਓ, ਬਸ ਵਿਆਹ ਦੀ ਤਰੀਕ ਪੱਕੀ ਕਰੋ। ਠੀਕ ਹੈ ਸਰਦਾਰ ਸਾਹਿਬ, ਪਰ ਮੇਰੀ ਬੇਟੀ ਦੇ ਪੇਪਰ ਹੋਣ ਨੂੰ 1 ਮਹੀਨਾ ਪਿਆ, ਉਸ ਤੋਂ ਬਾਅਦ ਦੀ ਕੋਈ ਤਰੀਕ ਪੱਕੀ ਕਰ ਲਓ। ਡੈਡੀ ਤਰੀਕ ਤੁਸੀਂ ਪੱਕੀ ਸਮਝੋ, ਬਸ ਜੀ ਤੁਸੀਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰੋ। ਤੁਸੀਂ ਵੀ ਤਿਆਰੀਆਂ ਸ਼ੁਰੂ ਕਰੋ ਜੀ। ਅੱਛਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰੋਟੀ ਦੇਈ? ਹਾਂ ਦਿੰਦੀ ਹਾਂ। ਡੈਡੀ ਜੀ ਆ ਲਓ, ਪੈਸਿਆਂ ਦਾ ਇੰਤਜ਼ਾਮ ਹੋ ਗਿਆ। ਪੁੱਤ ਕਿਉਂ ਆਪਣੇ ਸਿਰ 'ਤੇ ਹੋਰ ਕਰਜ਼ਾ ਚਾੜੀ ਜਾਂਦਾ? ਉਹ ਵਿਆਹ ਸਾਦਾ ਵੀ ਤਾਂ ਹੋ ਸਕਦਾ। ਕੋਈ ਗੱਲ ਨਹੀਂ, ਇੱਕੋ ਇੱਕ ਤਾਂ ਭੈਣ ਹੈ ਮੇਰੀ, ਇਹਦਾ ਵਿਆਹ ਆਪਾਂ ਗੱਜ ਵੱਜ ਕੇ ਕਰਨਾ, ਨਹੀਂ ਤਾਂ ਇਹਦੇ ਸਹੁਰਿਆਂ ਨੇ ਕਹਿਣਾ ਬਰਾਤ ਦੀ ਸੇਵਾ ਨਹੀਂ ਚੱਜ ਨਾਲ ਕੀਤੀ। ਹੋਰ ਵੀ ਜੱਸਿਆਂ ਕਿਵੇਂ ਆ? ਠੀਕ ਆ। ਵੀਰੇ ਬੈਠੋ, ਰੋਟੀ ਖਾਓ ਤੁਸੀਂ ਵੀ। ਨਾ ਬਈ ਤੂੰ ਇਹਨੂੰ ਖਵਾ ਰੋਟੀਆਂ, ਮੈਂ ਮੂੰਹ ਹੱਥ ਧੋ ਕੇ ਆਉਣਾ ਹੈ। ਜੱਸੀ ਰੋਟੀ ਦਿਆਂ। ਕੀ ਹੋਇਆ? ਹੋਇਆ ਕੀ? ਰੁਕ ਤਾਂ ਸਹੀ। ਇਹ ਬਦਲਿਆ ਬਦਲਿਆ ਜੇ ਕਿਉਂ ਲੱਗਦਾ? ਰੋਟੀ ਖਾ ਕੇ ਝੱਟ ਸੌਂ ਜਾਂਦਾ ਤੇ ਨਾ ਹੀ ਪਹਿਲਾਂ ਵਾਂਗੂ ਸ਼ਰਾਰਤਾਂ ਕਰਦਾ। ਵੀਰੇ ਕਾਲਜ ਵਿੱਚ ਵੀ ਬੜੇ ਅਜੀਬ ਲੋਕਾਂ ਨਾਲ ਮਿਲ ਜੁਲੇਦਾ, ਮੈਨੂੰ ਸਮਝ ਨਹੀਂ ਆਉਂਦੀ ਅੱਜ ਕੱਲ੍ਹ ਕਰਦਾ ਕੀ ਹੈ। ਮੈਂ ਲਾਉਣਾ ਧੌਣੀ ਇਹਦੀ ਅੱਜ। ਨਹੀਂ ਡੈਡੀ ਨਹੀਂ ਨਹੀਂ, ਕਾਲੀ 'ਚ ਪੁੱਟਿਆ ਅਗਲਾ ਕਦਮ ਟੋਏ 'ਚ ਵੀ ਡਿੱਗ ਸਕਦਾ ਹੈ। ਪ੍ਰੀਤੀ। ਹਾਂਜੀ। ਤੂੰ ਨਾ ਇਹਦੇ 'ਤੇ ਨਜ਼ਰ ਰੱਖ। ਪਤਾ ਤਾਂ ਲੱਗੇ ਇਹ ਕਰਦਾ ਕੀ ਹੈ। ਪੈਸੇ ਤਾਂ ਤੇਰੇ ਤੋਂ ਬਲਰਾਜ ਭਾਜੀ ਆਪ ਹੀ ਲੈਣਗੇ। ਮੈਂ ਸਮਝਿਆ ਨਹੀਂ।
ਸਾਡੇ ਨਾਲ ਚੱਲ, ਭਾਜੀ ਤੈਨੂੰ ਮਿਲਣਾ ਚਾਹੁੰਦੇ ਨੇ। ਚੱਲ ਚੱਲਦੇ ਆ। ਤੂੰ ਨਹੀਂ, ਇਹ ਕੱਲਾ। ਚਲੋ ਯਾਰ, ਜਿਹੜਾ ਗੁਰਸ਼ਾਨ ਦਿੱਤਾ ਸੀ ਨਾ। ਗੁਰਸ਼ਾਨ ਪਲੀਜ਼ ਕਰ, ਛੇ ਛੇ ਤੇ ਆਪਣੀ ਸਕੂਟਰ ਦੀ ਚਾਬੀ ਦੇ। ਕਿੱਥੇ ਜਾਣਾ ਤੂੰ? ਦੇ ਤਾਂ ਸਹੀ, ਜਾਣਾ ਕਿੱਥੇ ਤੂੰ? ਦੇ ਪ੍ਰਹਲਾਦ ਭਾਜੀ ਆਉਣ ਵਾਲੇ ਨੇ ਜੀ। फोन क्यों नहीं चक रहे? ਇਹ ਉਹ ਮੁੰਡਾ ਜੱਸੀ, ਪੈਸੇ ਵੱਲੋਂ ਟੁੱਟਿਆ ਹੋਇਆ ਪਰ ਬੰਦਾ ਬੜੇ ਕੰਮ ਦਾ। ਭਾਜੀ ਸਤਿ ਸ੍ਰੀ ਅਕਾਲ। ਕੰਬਦਾ ਕਿਉਂ ਪਿਆ? ਡਰ ਲੱਗਦਾ ਮੇਰੇ ਤੋਂ? ਨਾਨਾ ਜੀ, ਫਿਰ ਇਹ ਲਿਲਕੜੀਆਂ ਕਿਉਂ ਕੱਢਦਾ ਹੈ? ਮਰਦ ਬਣੀਦਾ ਹੁੰਦਾ ਮਰਦ। ਕਾਲਜ ਦੇ ਮੁੰਡੇ ਤੇ ਕੁੜੀਆਂ ਦਾ ਜ਼ਿੰਮਾ ਤੇਰਾ ਅੱਜ ਤੋਂ। ਪੈਸੇ ਵੀ ਤੂੰ ਹੀ ਲਿਆ ਕਰੇਗਾ ਤੇ ਮਾਲ ਡਰੱਗ ਵੀ ਤੂੰ ਹੀ ਸਪਲਾਈ ਕਰੇਗਾ। ਇਨਾਮ 'ਚ ਤੇਰਾ ਇਹ ਪੈਕਟ ਫ੍ਰੀ। ਹੁਣ ਤੂੰ ਜੱਸੀ ਨਹੀਂ, ਜੱਸੀ ਭਾਜੀ ਬਣ ਜਾ ਅੱਜ ਤੋਂ। ਸ਼ਾਬਾਸ਼, ਖੁਸ਼ ਕੀਤਾ ਚੋਬਰਾ। ਕਾਲਾ ਤੇਰੇ ਨਾਲ ਸੰਪਰਕ 'ਚ ਰਹੂਗਾ ਅੱਜ ਤੋਂ। ਸ਼ਾਬਾਸ਼। ਗੱਲ ਸੁਣ, ਪਹਿਲਾਂ ਦੇ ਪੈਸੇ ਤਾਂ ਦੇਣੇ ਹੀ ਪੈਣੇ ਆ ਜੱਸੀ ਭਾਜੀ। ਮਾਲ ਲਦਵਾ ਓਏ। ਡੁੱਬ ਕੇ ਮਰ ਜਾਂਦਾ ਇਹੋ ਜਿਹੇ ਲੱਛਣ ਲਾਉਣ ਤੋਂ ਪਹਿਲਾਂ। ਉਹ ਤੇਰਾ ਵੱਡਾ ਭਰਾ ਭੈਣ ਦੇ ਵਿਆਹ ਲਈ ਕਰਜ਼ੇ ਲੈ ਲੈ ਕੇ ਪੈਸੇ ਖਰਚ ਰਿਹਾ ਤੇ ਤੂੰ ਉਸੇ ਪੈਸੇ ਨਾਲ ਨਸ਼ਾ ਖਰੀਦ ਰਹੇ। ਮੌਤ ਦੇ ਰਾਹ ਤੇ ਜਾ ਰਿਹਾ ਤੂੰ ਲਾਣਾ ਦੇ ਇਹੋ ਜਿਹੇ ਭਰਾ ਹੋਣ ਤੇ। ਕੀ ਕਮੀ ਰਹਿ ਗਈ ਸੀ ਸਾਡੇ ਪਿਆਰ 'ਚ ਜੋ ਇਹ ਸਿਲਾ ਦਿੱਤਾ ਸਾਨੂੰ? ਚੱਲ ਨਿਕਲ ਜਾ ਮੇਰੇ ਘਰ। ਉਹ ਇਹੋ ਜਿਹੀ ਗੰਦੀ ਔਲਾਦ ਦੇ ਬਿਨਾਂ ਗੱਡਾ ਨਹੀਂ ਖੜਾ ਮੇਰਾ। ਡੈਡੀ ਚੱਲ, ਡੈਡੀ ਬਾਤ ਸੁਣੋ, ਚੱਲ ਨਿਕਲ ਜਾ ਮੇਰੇ ਘਰੋਂ। ਡੈਡੀ ਡੈਡੀ ਪਲੀਜ਼, ਡੈਡੀ ਛੱਡ ਦੋ। ਡੈਡੀ ਵੇਖ ਜੱਸੀ, ਡੈਡੀ ਵੱਲ ਵੇਖ। ਉਹਨੇ ਸਾਨੂੰ ਪਿਓ ਦਾ ਪਿਆਰ ਵੀ ਦਿੱਤਾ ਤੇ ਮਾਂ ਦਾ ਪਿਆਰ ਵੀ ਦਿੱਤਾ। ਆ ਛੋਟੀ ਭੈਣ ਵੱਲ ਵੇਖ, ਕਿਉਂ ਖੱਜਲ ਕਰਦਾ ਸਾਨੂੰ ਤੂੰ? ਤੈਨੂੰ ਇਹਦੇ ਵਿਆਹ ਦਾ ਕੋਈ ਚਾਹ ਨਹੀਂ? ਬੋਲ, ਕੋਈ ਚਾਹ ਨਹੀਂ ਤੈਨੂੰ ਇਹਦੇ ਵਿਆਹ ਦਾ? ਵੀਰੇ ਆ ਜੋੜੇ ਤੇਰੇ ਅੱਗੇ ਹੱਥ, ਛੱਡ ਦੇ ਇਹਦਾ, ਛੱਡ ਦੇ, ਨਹੀਂ ਤਾਂ ਕੁਛ ਨਹੀਂ ਬਚਣਾ। ਗੁਰਜੀਤ ਵੀਰੇ, ਮੈਨੂੰ ਮਾਫ ਕਰ ਦੇ, ਮੈਨੂੰ ਬਚਾ ਲਾ ਗੁਰਜੀਤ ਵੀਰੇ। ਜੇ ਮੈਂ ਛੱਡਣ ਬਾਰੇ ਸੋਚਦਾ ਵੀ ਹਾਂ ਤਾਂ ਉਹਨਾਂ ਮੈਨੂੰ ਛੱਡਣ ਨਹੀਂ ਦੇਣਾ ਵੀਰੇ। ਮੈਂ ਉਹਨਾਂ ਨਾਲ ਅਸੀਂ ਆਪੇ ਨਜਿੱਠ ਲਵਾਂਗੇ, ਤੂੰ ਵਾਅਦਾ ਤਾਂ ਕਰ। ਮੈਨੂੰ ਇਹਦੇ ਤੇ ਕੋਈ ਭਰੋਸਾ ਨਹੀਂ ਹੈ ਕਿ ਅੱਜ ਤੋਂ ਬਾਅਦ ਇਹ ਕਾਲਜ ਵੀ ਨਹੀਂ ਜਾਏਗਾ। ਚੱਲ ਉੱਠ, ਚੱਲ ਮੈਂ ਤੈਨੂੰ ਡੱਕ ਦਾਂ। ਡੈਡੀ ਪਿੱਛੇ ਡੈਡੀ ਗੱਲ, ਚੱਲ ਕੋਈ ਲੋੜ ਨਹੀਂ ਬਾਹਰ ਜਾਣ ਦੀ। ਡੈਡੀ ਚੱਲ, ਡੈਡੀ ਗੱਲ ਸੁਣੋ, ਡੈਡੀ ਮੈਂ ਡੱਕ ਦਾਂ ਨਹੀਂ। ਚੱਲ ਚੱਲ ਅੰਦਰ। ਡੈਡੀ ਪਲੀਜ਼। ਪ੍ਰੀਤੀ ਤੂੰ ਇੱਥੇ ਬੈਠੀ, ਮੈਂ ਤੈਨੂੰ ਲਾਇਬ੍ਰੇਰੀ 'ਚ ਲੱਭ ਰਹੀ ਹਾਂ। ਅੱਛਾ ਪਹਿਲੇ ਮੈਨੂੰ ਇਹ ਦੱਸ, ਵੀਰ ਜੀ ਨੇ ਮੈਨੂੰ ਡਾਇਮੰਡ ਰਿੰਗ ਲੈ ਕੇ ਦਿੱਤੀ ਹੈ ਬਰਥਡੇ ਲਈ, ਵਧੀਆ ਲੱਗੀ? ਕਿਹਦਾ ਵੀਡੀਓ ਦੇਖ ਰਹੀ ਹੈ?
सुनिया, मैं वीडियो बारे पूछा सी, कंटीन चलिए? नहीं दिखा ना, सुन। ए, एनु तो मैं जान दिया। मेरा प्राय है जसी। नहीं जिरा ड्रग सप्लायर है, आई नो हिम। तू इन्हें जान दिया? हाँ, बट तू पहले मैंने ये दस। ए, गल्ला की कार रहने? पता नहीं, मैं दूर से रिकॉर्ड नहीं होया कुछ। यार तो ये वीडियो ना मिनू हूनी व्हाट्सएप दे उत्ते सेंड कर। पर सिमरन, यार देख, तेरी तकलीफ मेरी तकलीफ है। मैं हूने अपने वीर जी ना गल करके ना इन्हां नूं जरूर अंदर करवाऊंगी। लो जी, तेरियां अरदासां करके अपनी चढ़दी कला सरदारनी है। वर्कर्स वेट कर रहे हैं। अच्छा, सत श्री अकाल जी सारे नूं, बैठो। हाँ जी, तू ऐ कर, मैं थोड़ी देर तक आऊँ ना, तू ध्यान रखी। की गल, बर्थडे गिफ्ट पसंद नहीं आया मेरी भैन? नहीं वीर जी, मैं गल करनी है। देख, तू अंदर जाके कुछ खा पी ले, 10 मिनट बाद मिलता मैं, ठीक है? नहीं वीर जी, जरूरी है, हुने करनी है। मैं 10 मिनट तक आऊँ ना, चल। मैं अपनी बगल च सप नू पाल रहा सी। बलराज, तू मरेगा होना। वीर जी, वीडियो देख के तो मैं आप हैरान सी, बलराज भी। आजकल दोस्त ते दुश्मन दी पहचान बहुत मुश्किल है। खैर, इंदरजीत सिंह अपने दुश्मना नू कदे माफ नहीं करता। तू ये दस, ये जिहड़ी वीडियो है, ये वीडियो तू आप बनाई है? नहीं वीर जी, मेरी सहेली है प्रीति, ये वीडियो उन्ने बनाई है। ते इस वीडियो च जेड़ा मुंडा है, उदा छोटा भरा जस्सी है। एहो जिया कुड़ियां दी समाज नू बहुत लोड़ है। मैं उन्हों अवार्ड दवाऊंगा। हां, आई एम प्राउड ऑफ यू। तू मैनू उहदा नंबर दे। ਓਏ, ਲੋਕ ਸਾਡੇ ਗਲਾਂ 'ਚ ਹਾਰ ਪਾਉਂਦੇ ਨੇ, ਸਾਡੇ ਨਾਮ ਦੀ ਜ਼ਿੰਦਾਬਾਦ ਕਰਦੇ ਨੇ। ਤੂੰ ਸਾਡੇ ਮੁਰਦਾਬਾਦ ਦਾ ਪੂਰਾ ਇੰਤਜ਼ਾਮ ਕਰ ਲਿਆ, ਫਿਲਮਾਂ ਬਣਨ ਲੱਗ ਪਈਆਂ ਨੇ ਤੇਰੀਆਂ, ਬੰਬੇ ਭੇਜਾ। ਹਾਂ ਭਾਜੀ, ਮੈਂ ਤਾਂ ਤੁਹਾਡੀ ਖਾਤਰ ਡਰੱਗ ਸਪਲਾਈ ਕਰਦਾ ਸਾਂ। ਸੁਣਿਆ ਤੁਸੀਂ, ਇਹ ਕਹਿ ਰਿਹਾ ਕਿ ਮੈਂ ਡਰੱਗ ਸਪਲਾਇਰ ਹਾਂ। ਓਏ, ਲੋਕਾਂ ਨੇ ਮੈਨੂੰ ਆਪਣਾ MLA ਚੁਣਿਆ, ਇਹ ਚਿੱਟੀ ਵਰਦੀ ਮੈਨੂੰ ਲੋਕਾਂ ਨੇ ਪਵਾਈ ਹੈ, ਚਿੱਟਾ ਖਵਾਉਣਾ ਵੀ ਜ਼ਰੂਰੀ ਹੈ ਤਾਂ ਕਿ ਇਹ ਜਿਹੜੀ ਯੂਥ ਸਾਨੂੰ ਚੈਲੰਜ ਕਰ ਸਕਦੀ ਹੈ, ਇਹਨਾਂ ਦੀਆਂ ਅੱਖਾਂ 'ਚ ਚਿੱਟਾ ਮੋਤੀਆ ਉਤਰਿਆ ਰਹੇ। ਇਹਦੇ ਲਈ ਤੈਨੂੰ ਰੱਖਿਆ, ਤੂੰ ਫਿਲਮਾਂ ਜਾਣ ਲੱਗ ਗਿਆ ਬਈ। मेरी गल ध्यान नाल सुन, पता करे प्रीति कौन है, की करती है, कित्थे रहिंदी है, पता करते इस कहानी नूं इत्थे खत्म कर। नाले हाँ, मेरा नाच नहीं आना चाहिए। इहो जिहियां छोटियां फिल्मां जे मैं विलन दा रोल करन लग गया तां चिट्टी गई समझो। लिया ओए, अपोरा नागनी छका, 10 बजे जाना माता दे जागरण ते जी, मुख मेहमान बन के। नंबर नोट कर,
समझ गया? ओ समझ गया? हेलो, अपने व्याह दी वीडियो तो आप बनानी है, कोई बंदा चाहिदा है ओदे लई? कौन? ना तो ते अंब लेने। गल सुन, मेरी एक वीडियो है तेरे कोल, वेख साउ कुड़ी बन के ना ओ मेरे हवाले कर दे। तेनू शर्म नहीं आती लोगों के मुंडे नू विगाड़दे होए? अकल कर, अकल कर, बहस ना कर, बोल कित्थे देनी है वीडियो? तू वीडियो दी गल करदा है, मेरा बस चले तो अपने भरा नू विगाड़न वाले दा ना, मैं ढिड भर देवां तत्तर दे नाल। खबरदार, आज तो बाद मैनू फोन ना करी, सुने तेनू? एक तो साउपना बड़ा नुकसान करवाउंदा है लोगों का, तुम बलराज नू नहीं जानदी, ऐसी शतरंज बिछाऊंगा, ऐसी शतरंज बिछाऊंगा कि नंगे पैर दौड़ती आएंगी तुम मेरे को वीडियो लेके। भाई साहब, तुसी रतन सिंह की कुड़ी प्रीति का साग तुसी अपने मुंडे ने किया है? हाँ जी, पर तुसी हो कौन? फिर तो जी दो गल्लां ने, वेखो या तो रिश्ता तोड़ दो या मरोड़ दो। मैं समझिया नहीं जी। एक तो यार इत्थे समझाना बहुत पैंदा है, वेखो नंबर एक तो शुरू कर दें, रिश्ता तोड़ना है कि नहीं? ये धमकी है जी। इहदा मतलब तुस रिश्ता नहीं तोड़ना? ओके। हाँ मैडम, हुण नंबर दो, उन्होंने फोन करो तो कहो कि जे दाज दे विच 20 लाख रुपए देंदे आ तो ठीक है, नहीं तो साड़ी सत श्री अकाल। पर क्यों? तुसी लोग हो कौन? ओफो, इंट्रोडक्शन देनी जरूरी है मैम? यार दसो तुसी कौन हो, दसो। सोच लो एक बार, मुंडा ताड़ा जवान है, मुंडे साढ़े भी जवान ने, यार जंगल राज थोड़ी है, अंदर करो अंदर। शाबाश, चलो। ठीक है सरदार रतन सिंह जी, हुण ये लड़ाई तुहाड़ी कल्या दी नहीं, मेरी भी है। ना असी की लड़ना लड़ाई झगड़े तो, कल्ला कल्ला मुंडा है मेरा, किन्ने वड्डे वड्डे घर दे रिश्ते आंदे सी ओनू, ते जो 20 लाख दे भी देंगे ते मरन नहीं लगे। ना गल सुन, कमली हो गई है तू? कमली मैं नहीं होई, कमले हो गए तुसी, जे तुसी नहीं ना गल कर सकदे ते मैं करनी उनां नूं फोन, एक दाज तो हाथ धोइए, दूसरा गुंडियां दी धमकियां सहीए। की होया? तू अपने वीर जी ने गल नहीं की थी? किस बारे? ओ ही ट्रक सप्लायर बारे। ओ तो उसे दिन ही कर ली सगी, हुन तक तो शायद वीर जी ने उन्हें अंदर भी कराता हो। नहीं अंदर, तम क्या दे रहे हैं?
ਮੈਨੂੰ ਹੁਣੇ ਫੋਨ ਆਇਆ ਕਿ ਮੈਥੋਂ ਆ ਕੇ ਮਾਫੀ ਮੰਗ ਨਹੀਂ ਤਾਂ ਦੋਵੇਂ ਘਰ ਉਜਾੜ ਦੂੰਗਾ। ਵਾਟ? ਹਾਂ ਸਿਮਰਨ, ਮੈਨੂੰ ਬਹੁਤ ਡਰ ਲੱਗ ਰਿਹਾ। ਮੈਂ ਇਸ ਝਮੇਲੇ 'ਚ ਨਹੀਂ ਪੈਣਾ ਚਾਹੁੰਦੀ। ਜੱਸੀ ਨੂੰ ਸਬਕ ਸਿਖਾਉਣਾ ਸੀ, ਉਹ ਮਾਫੀ ਮੰਗ ਚੁੱਕਿਆ। ਹੁਣ ਤੂੰ ਆਪਣੇ ਫੋਨ 'ਚੋਂ ਉਹ ਵੀਡੀਓ ਡਿਲੀਟ ਕਰ ਦੇ ਅਤੇ ਮੈਂ ਵੀ ਕਰ ਦਿੰਦੀ ਹਾਂ। ਪ੍ਰੀਤੀ ਪਾਗਲ ਹੋ ਗਈ ਹੈ, ਜੱਸੀ ਵਰਗੇ ਮੁੰਡੇ ਤਾਂ ਹੋਰ ਘਰਾਂ 'ਚ ਵੀ ਨੇ। ਤੂੰ ਪਲੀਜ਼ ਟੈਨਸ਼ਨ ਨਾ ਲੈ, ਮੈਂ ਵੀਰ ਜੀ ਨਾਲ ਗੱਲ ਕਰਦੀ ਹਾਂ। ਟੈਨਸ਼ਨ ਨਾ ਲੈ, ਮੈਂ ਵੀਰ ਜੀ ਨਾਲ ਸਾਰੀ ਗੱਲ ਘਰ ਜਾ ਕੇ ਕਰਦੀ ਹਾਂ। ਮੇਰੀ ਗੱਲ ਸੁਣੋ, ਜੇ ਤੁਸੀਂ 20 ਲੱਖ ਦੇ ਨਹੀਂ ਨਾ ਸਕਦੇ ਤੇ ਰਿਸ਼ਤਾ ਕੈਂਸਲ ਸਮਝੋ। ਬਾਬਾ ਜੀ ਕਿੱਥੇ ਨੇ? ਬਾਬਾ ਜੀ ਅੰਦਰ ਭੋਰੇ 'ਚ ਨੇ। ਸਰਦਾਰ ਸਾਹਿਬ ਆ ਜਾਓ, ਆ ਜਾਓ ਵੀਰ, ਆ ਜਾਓ। ਉਹ ਮੈਂ ਕਿਹਾ ਪਹਿਲਾਂ ਸਾਧਾਂ ਦੇ ਗੋਡੇ ਕੁੱਟ ਲਈਏ। ਕਿਉਂ ਪਾਪ ਚੜਾਉਂਦੇ ਹੋ? ਓਏ ਪਾਪੀ ਬੰਦੇ ਤਾਂ ਅਸੀਂ ਹਾਂ ਚਿੜੀਦਾਸ, ਜਿਹੜੇ ਹਰ 5 ਸਾਲ ਬਾਅਦ ਸੰਗਤਾਂ ਕੋਲ ਜਾ ਕੇ ਆਪਣੀ ਭੁੱਲ ਬਖਸ਼ਾਉਂਦੇ ਹਾਂ। ਤੁਹਾਡੇ ਕੋਲ ਤਾਂ ਸੰਗਤਾਂ ਆਪ ਆਉਂਦੀਆਂ ਨੇ ਨੰਗੇ ਪੈਰੀ। ਲੋ ਜੀ MLA ਸਾਹਿਬ, ਥਕਾਵਟ ਦੂਰ ਕਰੋ। ਪਿਛਲੀ ਵਾਰ ਜਿਹੜਾ ਗਲਾਸ ਪੀਤਾ ਸੀ ਨਾ, ਉਹ ਪੀ ਕੇ 4 ਘੰਟੇ ਮੇਰੀਆਂ ਅੱਖਾਂ ਕੜੀਆਂ ਰਹੀਆਂ। ਇਹ ਉਹੀ ਹੈ ਜੋ ਹੋਰ ਜਲਵਾ? ਉਸ ਤੋਂ ਵੀ ਉੱਪਰ ਸੇਵਨ ਕਰੋ। ਜੈ ਹਰੀ, ਜੈ ਹਰੀ। ਬੀਬੀਆਂ ਕਹਿੰਦੀਆਂ ਬਾਬੇ ਦੇ ਚਿਹਰੇ 'ਤੇ ਤਾਂ ਲਾਲੀ ਬਹੁਤ ਹੈ। ਮੈਂ ਕਿਹਾ ਇੰਨੀ ਕੁ ਲਾਲੀ ਤਾਂ ਬਾਬਾ ਤੁਹਾਡੇ ਚਿਹਰਿਆਂ ਤੋਂ ਹੀ ਚੂਸ ਲੈਂਦਾ ਅਤੇ ਬਾਕੀ ਇਹ ਪਦਾਰਥ। ਕਾਗਜ਼ ਲੈ ਕੇ ਆ 50 ਕਿੱਲਿਆਂ ਵਾਲੀ ਜ਼ਮੀਨ ਦੇ। ਇਹ ਜ਼ਮੀਨ ਹੁਣ ਤੁਸੀਂ ਦਬਾਉਣੀ ਆ ਡੇਰੇ ਨੂੰ। ਓਏ ਤੁਸੀਂ ਫਿਕਰ ਨਾ ਕਰੋ ਚਿੜੀਦਾਸ ਜੀ, ਓਏ ਆਪਾਂ ਫੋਨ ਹੀ ਕਰਨਾ ਇੱਕ। ਸਿਮਰਨ ਕਿਉਂ ਰੌਲਾ ਪਾ ਰਹੀ ਹੈ? ਭਾਬੀ ਵੀਰ ਜੀ ਕਿੱਥੇ ਹੈ? ਬਾਹਰ ਗਏ ਨੇ। ਕਿੱਥੇ ਹੈ? ਸਿਮਰਨ ਅੱਗੇ ਕਿਹੜਾ ਮੈਨੂੰ ਦੱਸ ਕੇ ਜਾਂਦੇ ਨੇ। ਫੋਨ ਕਿਉਂ ਨਹੀਂ ਚੁੱਕਦੇ? ਫੋਨ ਤਾਂ ਚੁੱਕ ਸਕਦੇ ਹੈ। ਫੋਨ ਯਾਰ ਲੈਵਲ ਲੜਿਆ ਪਿਆ, ਪਹਿਲਾਂ ਤੂੰ ਮੈਨੂੰ ਇਹ ਦੱਸ, ਦੱਸ ਨਾ ਪਲੀਜ਼। ਤੁਹਾਨੂੰ ਲੈਵਲ ਦੀ ਪਈ ਹੈ, ਮੈਂ ਕੀ ਗੱਲ ਕਰੀ ਜਾਂਦੀ ਹਾਂ? ਲੈ ਆ ਜਿਹੜੀ ਡੇਰੇ ਦੀ ਵੋਟ ਹੈ, ਐਤਕੀ ਮੈਨੂੰ ਪੈਣੀ ਚਾਹੀਦੀ ਬਾਬਾ ਜੀ। ਕੀ ਗੱਲ, ਕਿਹਦਾ ਫੋਨ ਹੈ? ਸਿਮਰਨ ਦਾ ਫੋਨ ਹੈ ਬਾਬਾ ਜੀ, ਉਹਨੂੰ ਮੇਰਾ ਡੇਰੇ 'ਤੇ ਆਉਣਾ ਚੰਗਾ ਨਹੀਂ ਲੱਗਦਾ। ਕੋਈ ਗੱਲ ਨਹੀਂ, ਬੱਚੀ ਆਲੇ ਸਮਝ ਜਾਊਗੀ। ਓਏ ਉਰੇ ਆ, ਉਸ ਕੁੱਤੇ ਬਲਰਾਜ ਨੂੰ ਫੋਨ ਮਿਲਾ। ਸਰਦਾਰ ਸਾਹਿਬ ਕੀ ਹੋਇਆ, ਕੋਈ ਚਿੰਤਾ? ਬਲਰਾਜ ਫੋਨ ਨਹੀਂ ਚੁੱਕ ਰਿਹਾ। ਆਪਣੇ ਫੋਨ ਨਾਲ ਕਰ। ਹੈਲੋ ਬਲਰਾਜ, ਆ ਲਓ ਜੀ। ਬਲਰਾਜ
कुत्तिया तेनू मैं किन्नी बार समझाया सी मेरी भैन की सहेली है उन्हें धमकी नहीं देनी तू तू मेरी गल ध्यान नाल सुन कुत्तिया तू कोई कम सीधा नहीं कर सकता जे तेन बकरियां को पुट्ठा टंगया ना फिर तेन पता लगेगा बाबियां दे डेरे च उच्ची आवाज नहीं जय हरी बाबे बोल रहे ने देख तू हुन कुछ नहीं करना सिद्धा संतां दी शरण च आ जा ते शांत हो जा सरदार साहब नू भी मैं आपे शांत कर देंगा जय हरी पर चिड़ी दास किवें अपना छोटा भाई संभालो ये मामला ओ बगले मोहित नू बुला के लिया जी बाबा जी इंसान गलतियां दा पुतला है क्रोध मोह लोभ हंकार काम मोहित सिमरन तू सच्ची मेरे मन तो बहुत वड्डा बोझ ला दिता है मैंने समझ नहीं लगती मैं तेरा किवें थैंक यू करा शामी बर्थडे दे बहुत सारा गिद्दा पाली थैंक्स अप भी हो जाएगा ओके हुन मैं चल दिया ओके थोड़ी शॉपिंग बाकी है तू शाम नु पहुंच जाई पक्का अच्छा मैं चल दिया ਪ੍ਰੀਤੀ ਤੁਹਾਡਾ ਹੀ ਨਾਂ ਨਾ ਹਾਂਜੀ ਤੁਸੀਂ ਕੌਣ ਡਰੱਗ ਸਪਲਾਇਰ ਦੀ ਵੀਡੀਓ ਤੁਸੀਂ ਬਣਾਈ ਸੀ ਹਾਂ ਨਹੀਂ 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 ਓ ਦੇਖੋ ਡਰੋ ਨਾ ਮੈਨੂੰ ਸਿਮਰਨ ਦੇ ਵੀਰ ਜੀ ਨੇ ਭੇਜਿਆ ਪਰ ਉਹ ਸਾਰੇ ਬੰਦੇ ਫੜੇ ਗਏ ਪੁਲਿਸ ਸਟੇਸ਼ਨ ਜਾ ਕੇ ਉਹਨਾਂ ਦੀ ਸ਼ਨਾਖਤ ਕਰਨੀ ਹੈ ਪਰ ਸਿਮਰਨ ਤਾਂ ਹੁਣੇ ਗਈ ਆ ਉਹਨੇ ਤਾਂ ਮੈਨੂੰ ਕੁਝ ਨਹੀਂ ਦੱਸਿਆ ਇਸ ਬਾਰੇ ਅੱਜ ਸਿਮਰਨ ਦਾ ਬਰਥਡੇ ਹੈ ਨਾ ਇਸ ਕਰਕੇ ਵੀਰ ਜੀ ਨੇ ਗੱਲ ਕਰਨਾ ਠੀਕ ਨਹੀਂ ਸਮਝਿਆ ਹਾਂ ਠੀਕ ਹੈ ਮੈਂ ਹੁਣੇ ਸਿਮਰਨ ਨੂੰ ਫੋਨ ਕਰਦੀ ਹਾਂ ਨਹੀਂ ਨਹੀਂ ਫੋਨ ਕਰਨ ਦੀ ਕੀ ਲੋੜ ਹੈ ਉਹਨੂੰ ਇੰਜੋਏ ਕਰਨ ਦਿਓ ਤੁਸੀਂ ਮੇਰੇ ਨਾਲ ਚੱਲੋ ਪਰ ਜਾਣਾ ਕਿੱਥੇ ਮੈਨੂੰ ਦੱਸ ਦੋ ਮੈਂ ਆ ਜਾਊਂਗੀ ਪ੍ਰੀਤੀ ਮੌਕਾ ਹੀ ਹੁੰਦਾ ਇਹ ਤੁਸੀਂ ਅਜੇ ਇੰਨੇ ਵੱਡੇ ਕ੍ਰਿਮੀਨਲ ਨੂੰ ਸਜ਼ਾ ਦਵਾ ਰਹੇ ਹੋ ਸਿਰਫ ਤੁਹਾਡੇ ਹੱਥ 'ਚ ਹੈ ਨਾਲ ਸਿਰਫ 10 ਮਿੰਟ ਦਾ ਕੰਮ ਹੈ ਵੀਰ ਜੀ ਵੀ ਉੱਥੇ ਨੇ ਅੱਛਾ ਹਾਂ ਠੀਕ ਹੈ ਫਿਰ ਚੱਲਦੇ ਹਾਂ ਆ ਜਾਓ ਜੀ ਕਿੰਨੀ ਦੇਰ ਤੱਕ ਪਹੁੰਚਵਾਂਗੇ ਆਪਾਂ ਬਸ ਪਹੁੰਚੇ ਸਮਝੋ हेलो 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 प्रीति
लगता है मैं प्रीति के घर दियां नूं दसना चाहिए। तेरे ना सब कुछ क्यों होया? क्योंकि तू अंबर नूं टाकी लाउणी चाहिए साढ़े करोड़ों के बिजनेस नूं जिंदरा मारन की कोशिश। MLA सरदार इंद्रजीत सिंह की अदालत ने फैसला सुनाता ते असी सजा देती। सोचती तो होगी तू, तेरी सहेली सिमरन दा वीर जी MLA ते सजा। हुण तू रौला पाएगी, सब नूं दसेंगी जाके। ओ लियाओ मुंडियो बाबे दा प्रसाद, इहदा जीवन सफल करिए। अखा खोल प्रीति, प्रीति की हो गया? प्रीति प्रीति अखा खोल, तेरे प्रीति तेरा भरा आया। Thank you.
ਕਿਤੇ ਸੀ ਜੋ ਸਿੰਜ ਲਹੂ ਨਾਲ ਮਿੱਟੀ ਹੋਏ ਪੱਤੇ ਆਂਦਾ ਕਵਾਂ ਕਿਨੂੰ ਹਾਲ ਰੁੱਖ ਹਰੇ ਕਿਤੇ ਸੀ ਜੋ ਸਿੰਜ ਲਹੂ ਨਾਲ ਮਿੱਟੀ ਹੋਏ ਪੱਤੇ ਆਂਦਾ ਕਵਾਂ ਕਿਨੂੰ ਹਾਲ ਲੱਗਣ ਹਵਾ ਮਸਲੀ ਅਰੀ ਸ਼ੋਰ ਜਿਸ ਬੰਦੇ ਨੇ ਕਤਲ ਕੀਤਾ ਹੈ ਉਹਦਾ ਨਾਮ ਬਲਰਾਜ ਹੀ ਹੈ? ਹਾਂਜੀ, ਅਸੀਂ ਪੂਰੇ ਸ਼ੋਰ ਹਾਂ। ਤੁਸੀਂ ਮੇਰੇ ਨਾਲ ਚੱਲੋ। ਬਲਰਾਜ, ਇਹ ਕੱਲ੍ਹ ਤੋਂ ਹਵਾਲਾਤ 'ਚ ਬੰਦ ਹੈ। ਪਰ ਇਹ ਤਾਂ ਉਹੀ ਬੰਦਾ ਜਿਹੜਾ ਪ੍ਰੀਤੀ ਨੂੰ ਫੋਨ 'ਤੇ ਧਮਕੀਆਂ ਦਿੰਦਾ ਹੁੰਦਾ ਸੀ। ਅਤੇ ਹਾਂ, ਪ੍ਰੀਤੀ ਨੇ ਆਪਣੇ ਫੋਨ 'ਚ ਇਹਦੀ ਵੀਡੀਓ ਵੀ ਬਣਾਈ ਸੀ ਡਰੱਗਸ ਵੇਚਦੇ ਦੀ। ਕੋਈ ਸਬੂਤ ਹੈਗਾ? ਜੀ, ਇੱਕ ਮਿੰਟ। ਓ ਮਾਈ ਗੋਡ, ਵੀਡੀਓ ਕਿਵੇਂ ਡਿਲੀਟ ਹੋ ਗਈ? ਜਦੋਂ ਮੈਂ ਤੈਨੂੰ ਕਿਹਾ ਸੀ ਕਿ ਉਹ ਕੁੜੀ ਮੇਰੀ ਭੈਣ ਦੀ ਸਹੇਲੀ ਹੈ, ਫਿਰ ਉਹਨੂੰ ਖਤਮ ਕਿਉਂ ਕੀਤਾ? ਉਹ ਤਾਂ ਮੈਂ ਚਲਾਕੀ ਨਾਲ ਆਪਣੀ ਭੈਣ ਦੇ ਮੋਬਾਈਲ 'ਚੋਂ ਵੀਡੀਓ ਡਿਲੀਟ ਕਰਤੀ ਅਤੇ ਚਿੜੀਆ ਲਾਡਾ ਫਿਨਿਸ਼ ਕਰਤਾ। ਨਿੱਕੀ ਨਿੱਕੀ ਗੱਲਾਂ 'ਤੇ ਕਤਲ, ਬਲਾਤਕਾਰ, ਉਹ ਜਵਾਬ ਮੈਨੂੰ ਦੇਣਾ ਪੈਂਦਾ ਹੈ? ਕੀ ਗੱਲ ਸਰਦਾਰਾ, ਅੱਜ ਅੰਦਰਲਾ ਇਨਸਾਨ ਜਾਗ ਪਿਆ? ਮੇਰੀ ਭੈਣ ਇੱਕ ਪੜ੍ਹੀ ਲਿਖੀ ਅਤੇ ਸਿਆਣੀ ਕੁੜੀ ਹੈ, ਜੇ ਕੱਲ੍ਹ ਉਹਨੂੰ ਸ਼ੱਕ ਹੋ ਗਿਆ ਫਿਰ? ਮੇਰੇ ਭਰਾ ਨੇ ਤੇਰੇ ਰਾਹ ਦਾ ਕੰਡਾ ਕੱਢਿਆ, ਜੇ ਉਹ 'ਤੇ ਕਿਸੇ ਨੂੰ ਸ਼ੱਕ ਹੋ ਗਿਆ ਫਿਰ? ਓਏ ਨਾ ਭੁੱਲ ਕਿ ਤੂੰ ਬਰਾਬਰ ਦਾ ਹਿੱਸੇਦਾਰ ਹੈ, ਚਿੱਟੇ ਦੇ ਪੈਕਟ ਤੇਰੀਆਂ ਗੱਡੀਆਂ ਵਿੱਚ ਜਾਂਦੇ ਨੇ। ਤੇਰੀਆਂ ਵੋਟਾਂ ਦਾ ਢੇਰ ਮੇਰੇ ਡੇਰੇ ਦਾ ਪ੍ਰਸ਼ਾਦਾ ਸਮਝਾ? ਮੇਰੇ ਨਾਲ ਉੱਚੀ ਆਵਾਜ਼ ਗੱਲ ਕਰ, ਤੈਨੂੰ ਪਤਾ ਤੂੰ ਕਿੱਥੇ ਖੜਾ? ਮੇਰੇ ਡੇਰੇ 'ਚ ਖੜਾ, ਮੈਥੀ ਦੱਬ ਦੂੰ ਤੈਨੂੰ। ਓ ਮਹਾਰਾਜ, ਓ ਮਹਾਰਾਜ, ਜੇ ਝੱਗਾ ਚੱਕੋਗੇ ਤੇ ਆਪਣਾ ਹੀ ਢਿੱਡ ਨੰਗਾ ਹੋਣਾ। ਤੁਸੀਂ ਕਿਉਂ ਨਾਲੇ ਆਪਣਾ ਖੂਨ ਸਾੜ ਦਿਓ? ਇਹ ਤਾਂ ਜਸ਼ਨ ਦਾ ਸਮਾਂ ਹੈ, ਜਸ਼ਨ ਦਾ। ਨਾਲੇ ਉਹ ਭੋਲੇ ਤਾਂ ਸੁੰਨੀਆਂ ਰਾਤਾਂ ਵਿੱਚ ਡਰਾਵਣੇ ਉੱਲੂਆਂ ਦੀ ਆਵਾਜ਼ਾਂ ਸੁਣਨ ਜੋਗੇ ਰਹਿ ਗਏ। ਉਹਨਾਂ ਨੂੰ ਕੀ ਪਤਾ ਲੱਗਣਾ ਕਿ ਕੌਣ ਅਤੇ ਕੀ ਕਰ ਗਿਆ? ਤੁਸੀਂ ਬੈਠੋ ਅਤੇ ਮੈਂ ਇੰਤਜ਼ਾਮ ਕਰਕੇ ਆਉਣਾ।
ਡੈਡੀ ਉਹ ਸਾਹਮਣੇ ਖੜਾ ਰੁੱਖ ਦੇਖ ਰਿਹਾ ਇਹ ਮੇਰੇ ਬਚਪਨ ਤੋਂ ਮੇਰੇ ਨਾਲ ਹੀ ਵੱਡਾ ਹੋਇਆ ਹਨੇਰੀਆਂ ਆਈਆਂ ਝੱਖੜ ਆਏ ਪੱਤੇ ਗਿਰੇ ਪਰ ਅੱਜ ਵੀ ਅਡੋਲ ਖੜਾ ਇੱਕ ਪਹਿਰੇਦਾਰ ਵਾਂਗ ਇਹ ਤਾਂ ਰਾਤਾਂ ਨੂੰ ਮੀਂਹ ਝੱਖੜ ਵਿੱਚ ਰੋ ਲੈਂਦਾ ਹੋਏਗਾ ਪਰ ਪੁੱਤਰਾ ਤੇਰਾ ਡੈਡੀ ਤਾਂ ਰੋ ਵੀ ਨਹੀਂ ਸਕਦਾ ਜੇ ਰੋਇਆ ਤਾਂ ਡਿੱਗ ਪਊਗਾ ਜਦ ਤੱਕ ਤੇਰੀ ਮਾਂ ਜ਼ਿੰਦਾ ਸੀ ਮੈਨੂੰ ਘਰ ਦਾ ਕੋਈ ਫਿਕਰ ਨਹੀਂ ਸੀ ਤੇ ਜੱਸੀ ਹੋਇਆ ਤੇ ਉਹ ਐਸਾ ਬਿਸਤੇ ਤੇ ਡਿੱਗੀ ਫਿਰ ਉੱਠ ਨਾ ਸਕੀ ਪਰ ਰੋਇਆ ਕੱਲਿਆ ਬਹਿ ਬਹਿ ਕੇ ਰੋਇਆ ਪਰ ਫਿਰ ਜਦੋਂ ਤੁਹਾਡੇ ਵੱਲ ਵੇਖਿਆ ਮੈਂ ਆਪਣੇ ਹੰਝੂਆਂ ਤੇ ਬੰਨ ਲਾ ਲਿਆ ਪਰ ਅੱਜ ਅੱਜ ਦੋ ਦੋ ਲਾਸ਼ਾਂ ਦਾ ਬੋਝ ਮੈਥੋਂ ਨਹੀਂ ਚੁੱਕ ਹੁੰਦਾ ਪੁੱਤਰਾ ਨਹੀਂ ਚੁੱਕ ਹੁੰਦਾ ਚੰਗਾ ਹੁੰਦਾ ਰੱਬ ਮੈਨੂੰ ਹੀ ਚੁੱਕ ਲੈਂਦਾ ਮੈਂ ਲੈ ਕੇ ਆਇਆ ਸੀ ਦਰਬਾਰ ਸਾਹਿਬ ਦੇ ਹਮਲੇ ਵੇਲੇ ਸਾਡੇ ਮਨਾਂ ਵਿੱਚ ਵੀ ਬਹੁਤ ਗੁੱਸਾ ਸੀ ਸੁਣਿਆ ਸੀ ਸੰਤਾਂ ਨੂੰ ਜੋ ਵੀ ਸੁਣ ਲੈਂਦਾ ਜ਼ੁਲਮ ਦੇ ਖਿਲਾਫ ਟਾਕਰਾ ਕਰਨ ਲਈ ਉੱਠ ਖੜਾ ਹੁੰਦਾ ਉਦੋਂ ਤੁਸੀਂ ਨਿੱਕੇ ਸੀ ਇਸ ਲਈ ਮੈਂ ਹਿੰਮਤ ਨਹੀਂ ਕਰ ਸਕਿਆ ਪਰ ਹੁਣ ਤੂੰ ਜਵਾਨ ਹੈ ਪੁੱਤਰਾ ਸੁਣੀ ਜ਼ਰੂਰ
ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਤ ਜੀ ਹੋ ਸਭ ਸੰਗਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਤਾ ਸੀ ਪੁੱਤ ਸੰਤਾਂ ਦੇ ਬੋਲਾਂ ਨੇ ਤੈਨੂੰ ਮੁੜ ਜਿਉਣ ਲਾਇਕ ਕਰ ਦੇਣਾ ਅੱਜ ਮੇਰਾ ਗੁਰਜੀਤ ਪੁੱਤਰ ਸੱਚਮੁੱਚ ਗੁਰਜੀਤ ਸਿੰਘ ਬਣ ਗਿਆ ਕੀ ਲੱਗਦਾ ਗੁਰਸ਼ਾਨ ਜੇ ਆਪਾਂ ਜੱਸੀ ਦੇ ਫਰੈਂਡਸ ਨਾਲ ਗੱਲ ਕਰੀਏ ਤੇ ਕੁਛ ਪਤਾ ਚੱਲ ਸਕਦਾ ਪਤਾ ਆਪਾਂ ਡਾਇਰੈਕਟਲੀ ਕਿਵੇਂ ਪੁੱਛ ਸਕਦੇ ਯਾਰ ਦੇ ਨੋ ਕਿ ਆਪਾਂ ਪ੍ਰੀਤੀ ਦੇ ਫਰੈਂਡਸ ਹਾਂ ਯਾਰ ਕੀ ਕਰੀਏ ਸਮਝ ਨਹੀਂ ਆ ਰਿਹਾ ਪਤਾ ਨਹੀਂ ਯਾਰ ਏ ਉਹ ਕੀ ਕਰ ਰਹੇ ਨੇ ਇਹ ਤਾਂ ਪ੍ਰੀਤੀ ਦੇ ਕਿਡਨੈਪਰਸ ਵਿੱਚੋਂ ਇੱਕ ਹੈ ਆਰ ਯੂ ਸ਼ੋਰ ਮੈਂ ਕਿਵੇਂ ਬੋਲ ਸਕਦੀ ਹਾਂ ਯਾਰ ਹੈਲੋ ਸਿਮਰਨ ਗੁਰਜੀਤ ਪ੍ਰੀਤੀ ਦੇ ਕਿਡਨੈਪਰਸ ਵਿੱਚੋਂ ਮੈਂ ਇੱਕ ਬੰਦੇ ਨੂੰ ਫੋਲੋ ਕਰ ਰਹੀ ਹਾਂ ਪਲੀਜ਼ ਤੁਸੀਂ ਜਲਦੀ ਆ ਜਾਓ ਮੈਂ ਹੁਣੇ ਆਇਆ ਗੁਰਜੀਤ ਉਹ ਮਾਲਪੁਰ ਵਾਲੀ ਜੀ ਟੀ ਰੋਡ 'ਤੇ ਜਾ ਰਿਹਾ ਕੋਰਟ ਦੇ ਲਾਗੇ ਕਿਉਂ ਮਾਰਿਆ ਸੀ ਭਾਜੀ ਮੇਰਾ ਕਸੂਰ ਨਹੀਂ ਭਾਜੀ ਇਹ ਸਾਰਾ ਕੰਮ ਮੋਹਿਤ ਹੈ ਭਾਜੀ ਮੈਨੂੰ ਛੱਡ ਦਿਓ ਮੋਹਿਤ ਕੌਣ ਮੋਹਿਤ ਕਿੱਥੇ ਮਿਲੂਗਾ ਮੋਹਿਤ ਭਾਜੀ ਉਹ ਸ਼ੈਲਰ ਤੇ ਮੇਰੀ ਵੇਟ ਕਰ ਰਿਹਾ ਭਾਜੀ ਮੈਂ ਉਹਨੂੰ ਪੈਸੇ ਦੇਣ ਜਾਣੇ ਭਾਜੀ ਭਾਜੀ ਮੈਨੂੰ ਛੱਡ ਦਿਓ ਕਿਹੜਾ ਕਿਹੜਾ ਸ਼ੈਲਰ ਗੁਰਜੀਤ
फड़ो जाके नो। गड्डी च बिठाओ इनू। पर इंस्पेक्टर साहब, इस बंदे ने प्रीति नाल धक्का कीता है, ओदा कत्ल कीता है। गुरजीत ने तो सिर्फ ओदे पाप की सजा दिती है। आई कैन अंडरस्टैंड, पर कानून जज्बातों के सहारे नहीं सबूतों के सहारे चलता है, ते सबूत गुरजीत ने मिटा दिते ने। अरेस्ट हिम। मैं जो कीता मैनू ओदा कोई अफसोस नहीं। मैं प्रीति दे कातलां नूं सज़ा दे दित्ती है डैडी। मैनू अज पता लग्या कि संतां ने जमीर दे मरन नूं मौत क्यों कहा सी। मेरा जमीर जाग पिया ते मैं पापी नूं सोध के जिउंदिआं छो गया। मैनू तेरे ते माण है गुरजीत पुत्तर। अज इक प्यो दे कलेजे नूं कुछ तां ठंड पई। जेल तों घबराई ना, बस डटिआ रवीं। मैं उस बाजा वाले का सिंह हाँ जिहड़ा सरसा दियां डराउणियां छलां तो भी नहीं घबराया सी। तू बस अपना हाथ मेरे सिर ते रख। मैं गया ते आया। हाँ, केसरी पग नूं सियाउण मरा के रखी। कुछ दिन खेचल नहीं करनी, बाकी दवाइयां मैं लिख दित्तियां ने जी। ठीक है जी। शुक्रिया डॉक्टर साहब। टेक केयर। गुरजीत पुत्र चल उठ, घर दी सरदल तेरा राह उड़ीक रही है। ते एक वड्डी जंग मेरा राह उड़ीक रही है। मेरे भरा का कातल हॉस्पिटल तो बाहर आ गया,
ਹੁਣ ਉਹਨੂੰ ਦੁਨੀਆ ਤੋਂ ਬਾਹਰ ਤੂੰ ਭੇਜੇਂਗਾ ਜਾਂ ਮੈਂ ਕਰਾਂ ਕੁਛ? ਦੇਖ ਚੜੀਦਾਸ, ਤੇਰਾ ਦੁਸ਼ਮਣ ਤੇ ਮੇਰਾ ਦੁਸ਼ਮਣ ਇੱਕੋ ਹੀ ਹੈ, ਪਰ ਇਹ ਨਾ ਭੁੱਲ ਵੋਟਾਂ ਨੇੜੇ ਆ ਰਹੀਆਂ ਨੇ, ਮੈਂ ਕੋਈ ਹੰਗਾਮਾ ਨਹੀਂ ਚਾਹੁੰਦਾ। ਹੁਣ ਮੇਰੇ ਬਦਲੇ ਦੀ ਵਾਰੀ ਆਈ ਹੈ ਨਾ, ਹੰਗਾਮਾ ਨਹੀਂ ਚਾਹੁੰਦਾ। ਤੂੰ ਵੋਟਾਂ 'ਚ ਜਿੱਤਦਾ ਇਹਨਾਂ ਹੰਗਾਮਿਆਂ ਦੀ ਪੌੜੀ ਚੜ੍ਹ ਕੇ ਹੈ। ਸਬਰ ਰੱਖ, ਸਬਰ ਰੱਖ ਚੜੀਦਾਸ, ਇਹ ਕੰਡਾ ਮੇਰੀਆਂ ਅੱਖਾਂ 'ਚ ਵੀ ਰੜਕਦਾ ਹੈ ਤੇ ਵਕਤ ਆਉਣ 'ਤੇ ਇਸ ਕੰਡੇ ਨੂੰ ਕੱਢਿਆ ਜਾਏਗਾ, ਪਰ ਫਿਲਹਾਲ ਇਸ ਮਾਸਟਰ ਗਿਰਦਾਰੀ ਲਾਲ ਨੇ ਮੇਰੇ ਨਕਸ਼ ਤੰਗ ਕੀਤਾ ਹੋਇਆ। ਲੋਕਾਂ ਦਾ ਬੜਾ ਦਰਦ ਜਾ ਗਿਆ, ਉਹਨੂੰ ਕਹਿੰਦਾ ਪੰਜਾਬ ਨੂੰ ਡਰੱਗਸ ਤੋਂ ਆਜ਼ਾਦ ਕਰਾਵਾਂਗੇ। ਕੰਜਰਾ, ਕਿਤੇ ਆਪ ਹੀ ਆਜ਼ਾਦ ਨਾ ਹੋ ਜਾਏ ਆਪਣੀ ਜ਼ਿੰਦਗੀ ਤੋਂ। ਗੁਰਜੀਤ, ਸਿਮਰਨ ਦਾ ਫੋਨ ਹੈ। ਪਿਛਲੇ 5 ਸਾਲਾਂ 'ਚ ਕੋਈ ਦਿਨ ਵੀ ਨਹੀਂ ਲੰਘਿਆ ਜਦੋਂ ਉਹਨੇ ਮੈਨੂੰ ਫੋਨ ਨਾ ਕੀਤਾ ਹੋਵੇ। ਲੈ ਪੁੱਤ, ਗੱਲ ਕਰ। ਹੈਲੋ, ਫਿਕਰ ਤਾਂ ਇੱਕੋ ਹੀ ਗੱਲ ਦਾ ਬਸ, ਕਿ ਹੁਣ ਗੁਰਜੀਤ ਹੀ ਮੇਰਾ ਆਸਰਾ। ਉਹਦੇ ਜੇਲ੍ਹ ਹੁੰਦਿਆਂ ਵੀ ਮੈਂ ਇੰਨਾ ਨਹੀਂ ਸੀ ਘਬਰਾਇਆ, ਪਰ ਇਹ ਹਮਲਾ, ਜੇ ਕੱਲ੍ਹ ਨੂੰ ਉਹਨੂੰ ਕੁਛ ਹੋ ਗਿਆ ਤਾਂ ਇਸ ਬੁੱਢੇ ਰੋਖੜੇ ਦਾ ਜੜੋਂ ਹੀ ਪੁੱਟਿਆ ਜਾਣਾ। ਡੈਡੀ, ਜਦੋਂ ਮੈਂ ਜੇਲ੍ਹ ਗਿਆ ਸੀ ਤਾਂ ਤੂੰ ਜੈਕਾਰਾ ਗਜਾ ਕੇ ਮੈਨੂੰ ਅੰਦਰ ਭੇਜਿਆ ਸੀ, ਹੁਣ ਕਿਉਂ ਡੋਲ ਗਿਆ? ਪਰ ਇਹ ਹਮਲਾ, ਸ਼ੱਕ ਤਾਂ ਮੈਨੂੰ ਪਹਿਲਾਂ ਹੀ ਸੀ ਕਿ ਦੁਸ਼ਮਣ ਹਲੇ ਮੁੱਕਿਆ ਨਹੀਂ। ਇਸ ਹਮਲੇ ਨੇ ਤਾਂ ਸਗੋਂ ਮੇਰੇ ਇਰਾਦਿਆਂ ਨੂੰ ਹੋਰ ਵੀ ਪੁਖਤਾ ਕਰ ਦਿੱਤਾ ਹੈ। ਨਾਲੇ ਜਿਹੜਾ ਬੰਦਾ ਘਬਰਾ ਕੇ ਅੰਦਰ ਵੜ ਜਾਏ ਉਹ ਬਾਜਾਂ ਵਾਲੇ ਦਾ ਸ਼ੇਰ ਨਹੀਂ, ਕੋਈ ਗਿੱਦੜ ਹੋਊ। ਹੁਣ ਤੂੰ ਦੱਸ, ਤੂੰ ਸ਼ੇਰ ਦਾ ਪਿਓ ਬਣਨਾ ਕਿ ਗਿੱਦੜ ਦਾ? ਹਾਂ ਗੁਰਜੀਤ, ਬੋਲ। ਹੁਣ ਕੀ ਕਰਨਾ? ਡਰੱਗ ਸਪਲਾਇਰ ਬਲਰਾਜ, ਬਲਰਾਜ ਹੋ ਸਕਦਾ ਜੇਲ੍ਹ ਵਿੱਚ ਹੋਵੇ ਬਾਈ, ਹੋ ਸਕਦਾ ਸਜ਼ਾ ਭੁਗਤ ਕੇ ਬਾਹਰ ਆ ਗਿਆ ਹੋਵੇ। ਸਾਡੇ ਕੋਲ ਤਾਂ ਕੋਈ ਰਿਪੋਰਟ ਨਹੀਂ, ਪਰ ਉਹਦੇ ਬਾਰੇ ਕੁਝ ਪਤਾ ਲੱਗ ਸਕਦਾ? ਬਾਈ, ਪੁਲਿਸ ਦਾ ਕੰਮ ਹੈ ਮੁਜਰਮਾਂ ਨੂੰ ਪਕੜਨਾ, ਸਜ਼ਾ ਦੇਣਾ ਕਾਨੂੰਨ ਦਾ ਕੰਮ ਹੈ। ਚਲੋ ਬਾਈ, ਜੀਪ ਕੱਢੋ ਬਾਹਰ, ਪਾਰਟੀ ਉਡੀਕਦੀ ਹੋ। ਥਾਣੇਦਾਰ ਸਾਹਿਬ, ਤੁਹਾਡੇ ਤੋਂ ਪਹਿਲਾਂ ਇੱਕ ਹੋਰ ਇੰਸਪੈਕਟਰ ਹੁੰਦੇ ਸੀ ਇੱਥੇ, ਉਹ ਕਿੱਥੇ ਨੇ ਅੱਜ ਕੱਲ੍ਹ? ਤਰੱਕੀ ਹੋ ਗਈ ਉਹਨਾਂ ਦੀ, ਡੀਐਸਪੀ ਸਾਹਿਬ ਦੀ ਬਦਲੀ ਬੜੀ ਦੂਰ ਦੀ ਹੋ ਗਈ। ਚਲੋ ਬਈ। ਹੈਲੋ। ਹੈਲੋ ਸਿਮਰਨ, ਤੂੰ ਜੱਸੀ ਦੇ ਦੋਸਤਾਂ ਬਾਰੇ ਕੁਝ ਜਾਣਦੀ ਹੈ? ਮੇਰਾ ਉਹਨਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੈ। ਹਾਂਜੀ ਗੁਰਜੀਤ, ਮੈਂ ਜਾਣਦੀ ਹਾਂ ਸਾਰਿਆਂ ਨੂੰ। ਤੁਸੀਂ ਫਿਕਰ ਨਾ ਕਰੋ, ਮੈਂ ਸਾਰਿਆਂ ਦਾ ਐਡਰੈਸ ਪਤਾ ਕਰਕੇ ਹੁਣੇ ਮੈਸੇਜ ਕਰਦੀ ਹਾਂ। ਓਕੇ। ਜੱਸੀ, ਮੈਂ ਅਤੇ ਨੀਰਜ ਅਸੀਂ ਇਕੱਠੇ ਇਹਨਾਂ ਅੰਨੇ ਰਾਹਾਂ 'ਤੇ ਤੁਰੇ ਸਨ। ਜੱਸੀ ਫਾਹਾ ਲੈ ਕੇ ਮਰ ਗਿਆ ਅਤੇ ਨੀਰਜ ਸੁੱਤਾ ਪਿਆ ਰਹਿ ਗਿਆ। ਮੈਂ ਬਹੁਤ ਡਰ ਗਿਆ, ਉਹ ਛੱਡਣ ਨਾ ਦੇਣ ਧਮਕੀਆਂ ਦੇਣ ਲੱਗ ਪਏ। ਮੈਂ ਅਖੀਰ ਪੜ੍ਹਾਈ ਛੱਡਤੀ ਅਤੇ ਭੂਆ ਦੇ ਘਰ ਜਾ ਬੈਠਾ। ਫਿਰ ਭੂਆ ਨੇ ਇਲਾਜ ਕਰਵਾਇਆ। ਬਸ ਇਹ ਸਮਝ ਲਾ ਭਰਾਵਾ ਕਿ 13 ਦੀਆਂ 13 ਜਮਾਤਾਂ ਖੂਹ ਖਾਤੇ ਪੈ ਗਈਆਂ। ਬਲਰਾਜ ਦਾ ਕੁਛ ਪਤਾ?
एक बार छड़िया मुड़ मोह ही नहीं किया उधर, पर हाँ एक बंदा है जिन्हें नशा खिलाफ जंग छेड़ रखी है, ड्रग के व्यापारियों बारे चंगी तरह जानते। कौन? मास्टर जी। मास्टर जी? मास्टर जी कौन? एक सच्चे सुचे आगू, लोगों की बांह फाड़न वाले। कितने मिलेंगे वो? पिंड ठिंडा, जिन्हों मर्जी पूछ लियो मास्टर जी का घर। मैं अज ही पता कर दा। पर नहीं, अज तो चंडीगढ़ गए हुए ने टिकट के सिलसिले च। तू भी मैनू जस्सी वर गई है। पिछले साल दी घटनावां नूं लैके तनाव बनिया होया है। पता लगा है कि इस बार भी कुछ अनसुखावीं घटनावां होण दा खदशा है। मनाउणगे जन्मदिन ऐवें दम गजे। इलाके दियां इस्त्री सभावां, नौजवान सभावां अते नशे दे मक्कड़ जाल विच फसे शांत। क्रोध इंसान दा शत्रु है। शांत। ओए बाबा तू प्रवचन ना दे। फिकर मैनू हार दी नहीं है, सगो हार तो बाद होण वाले अंजाम दी है। साडे सारे धंधे चौपट हो जाणगे, तू ते मैं सलाखां दे पिछे जावांगे। शाम नू 8 बजे संतरे दा जूस ना। मेरा सास उक्या पिया, तैनू दारू दी पई है। जय हरी, संतां दी शरण च जाओ। तेरे कोल ही बैठा और तेरे गोड्या डिग जा। ए संतां माटी दा पुतला है, सिखां दा संत, संत जरनैल सिंह भिंडरां वाला। जन्मदिन तैयारियां। पर तैयारियां तो कर रहे ने, मैं की करा? मनाओ, गज वज के मनाओ। सिख संगत भी तो यही करेगी, संतां दे पोस्टर लगनगे, दीवान सजनगे, आपां भी यही करांगे, आपां भी मनावांगे जन्मदिन पोस्टरां दी लोहड़ी बाल के। ए मास्टर हिंदू सिख सांस दी बड़ी दुहाई पाउंदा है ना, आए कर एदे एरिए च नेरी लिया दियो। अका शीशे तलवारा हड्डियां खून। जय हरी। बहुत वधिया चिड़ीदास, बहुत वधिया। इस अग च सड़ के सुआह होएगा मास्टर गिरधारी लाल। नाले एदे नाला सरदारा नू भी अकल आ जू। अपने आप नू एवें शेर समझ दे। तू मेरे सामने बकवास करी जा रहा कंजरा। जदों सरदार अपने संतां दे पोस्टरां नूं अग ला सकदा, फिर मैं जय हरी क्यों नहीं कर सकदा। जय हरी, 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 जय हरी। पगले, ओ देखे साधु की चिंबड़ गया। एक ता जी जादी ना दी वध हो जे ते जा फिर ए बाले खुश होण, फिर ता ए नचण लग जांदे हैं, ते जे करे डर जाण फिर ए भज्जण लग जांदे हैं। कई वार ता इन्हां नूं चपेड़ मार के सवाना पैंदा है। तेरे नाल जो होया वो बहुत बुरा होया, पर जे वक्त रहिंदे आ इन्हां मौत दे व्यापारियों नूं नत्थ ना पाई तां पंजाब दी फिजा च प्रीति वर्गियां मुटियारां दे हासे नहीं सगों मावां दे वैण गूंजणगे। मास्टर जी, मैं अंदर गया अपनी भैण ते अपने भरा दी मौत दा बदला लैण तों बाद, पर हुण बाहर आया तां लगदा जिवें
ਜਿਵੇਂ ਪੰਜਾਬ ਦੀ ਹਰ ਧੀ ਭੈਣ ਮੈਨੂੰ ਵੰਗਾਰ ਕੇ ਕਹਿ ਰਹੀ ਹੋਵੇ ਕਿ ਸਾਡੀਆਂ ਇੱਜ਼ਤਾਂ ਦੀ ਰਾਖੀ ਕੌਣ ਕਰੇਗਾ। ਗੁਰਜੀਤ ਸਿਆਂ, ਤੇਰੇ ਵਰਗੇ ਸ਼ੇਰ ਪੁੱਤ ਜਦ ਤੱਕ ਜ਼ਿੰਦਾ ਨੇ ਇੱਜ਼ਤਾਂ ਮਹਿਫੂਜ਼ ਰਹਿਣਗੀਆਂ। ਬੋਲ, ਮੈਂ ਤੇਰੀ ਕੀ ਮਦਦ ਕਰ ਸਕਦਾ? ਮਾਸਟਰ ਜੀ ਡਰੱਗ ਡੀਲਰ ਹੈ ਬਲਰਾਜ, ਤੇ ਸਾਰੇ ਮਸਲੇ ਦੀ ਘੁੰਡੀ ਉਸ ਤੱਕ ਪਹੁੰਚੇ ਬਿਨਾਂ ਸੋਲਵ ਨਹੀਂ ਹੋਣੀ। ਬਲਰਾਜ, ਮੈਂ ਡਰੱਗ ਦੇ ਬਹੁਤ ਸਾਰੇ ਡੀਲਰਾਂ ਅਤੇ ਉਹਨਾਂ ਦੇ ਠਿਕਾਣਿਆਂ ਦੀ ਲਿਸਟ ਤਿਆਰ ਕਰ ਰਿਹਾ ਤਾਂ ਜੋ ਜਦੋਂ ਮੈਂ ਪਾਵਰ ਚ ਆਵਾਂ ਤਾਂ ਇਹਨਾਂ ਖਿਲਾਫ ਐਕਸ਼ਨ ਲੈ ਸਕਾਂ। ਪਰ ਬਲਰਾਜ, ਇਹ ਬਲਰਾਜ ਕਿਸ ਦਾ ਪਿਆਦਾ ਹੋਇਆ? ਪਤਾ ਲੱਗ ਜਾਏਗਾ। ਪੈਰੀ ਪੈਂਦਾ ਡੈਡ। ਜਿਉਂਦਾ ਰਿਹਾ ਪੁੱਤਰ, ਲੰਬੀਆਂ ਉਮਰਾਂ ਹੋਣ। ਜਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਗੁਰਵਿੰਦਰ ਰਿਸ਼ਤੇਦਾਰੀ ਦਾ ਫਰਜ਼ ਨਿਭਾਉਣ ਲਈ ਆ ਰਿਹਾ ਤਾਂ ਸੱਚ ਮੰਨੀ, ਮੇਰਾ ਸਿਰ ਮਾਣ ਨਾਲ ਉੱਚਾ ਹੋ ਗਿਆ। ਚੱਲ ਆ, ਅੰਦਰ ਆ ਕੇ ਰੋਟੀ ਪਾਣੀ ਖਾ। ਓਕੇ ਡੈਡ। ਅਤੇ ਫਿਰ ਸਵੇਰੇ ਹੀ ਗੁਰਜੀਤ ਨੂੰ ਮਿਲ। ਹੈਲੋ ਗੁਰਜੀਤ ਸਿਆਂ, ਜੇ ਜੰਗ ਜਿੱਤਣੀ ਹੈ ਨਾ ਤਾਂ ਕੱਲ੍ਹ ਸਵੇਰੇ 8 ਵਜੇ ਮੈਨੂੰ ਪੁਲ 'ਤੇ ਆ ਕੇ ਮਿਲ। ਕਿਹੜੀ ਜਗ੍ਹਾ? ਪਰ ਤੁਸੀਂ ਕੌਣ? ਹੈਲੋ ਹੈਲੋ, ਜੇ ਸਿੱਧਾ ਕਹਿੰਦਾ ਕਿ ਮੈਂ ਤੇਰੇ ਨਾਲ ਹਾਂ ਤਾਂ ਤੂੰ ਮੇਰੀ ਗੱਲ ਦਾ ਯਕੀਨ ਨਹੀਂ ਸੀ ਕਰਨਾ। ਇਹ ਖਾਕੀ ਉਸ ਚਿੱਟੀ ਦਾ ਹੁਕਮ ਮੰਨਣ ਲਈ ਮਜਬੂਰ ਹੈ, ਪਰ ਤੈਨੂੰ ਤਾਂ ਕੋਈ ਮਜਬੂਰੀ ਨਹੀਂ। ਪਰ ਸਾਥ ਦੇਣ ਦਾ ਕੋਈ ਖਾਸ ਕਾਰਨ? ਸ਼ਾਇਦ ਤੂੰ ਜਾਣਦਾ ਨਹੀਂ ਕਿ ਤੇਰੇ ਅਸਲੀ ਦੁਸ਼ਮਣ ਕੌਣ ਨੇ। ਇੰਦਰਜੀਤ ਸਿੰਘ MLA ਤੇ ਬਾਬਾ ਚਿੜੀਦਾਸ, ਮੇਰੀ ਬਦਲੀ ਕਰਾਉਣ ਦੇ ਪਿੱਛੇ ਵੀ ਇਹੀ ਲੋਕ ਸਨ। ਮੈਂ ਜਾਣਦਾ ਸੀ ਤੇ ਇਹ ਵੀ ਜਾਣਦਾ ਸੀ ਕਿ ਤੂੰ ਬੇਕਸੂਰ ਹੈ। ਫਿਰ ਇਹ ਮੁਲਾਕਾਤ ਅੱਜ ਹੀ ਕਿਉਂ? ਸਬੂਤ? ਇੰਦਰਜੀਤ ਸਿੰਘ ਦਾ ਖਾਸ ਬੰਦਾ ਹੈ ਬਲਰਾਜ, ਜਾਣਦਾ ਹੈ ਉਹਨੂੰ। MLA ਨੇ ਉਹਨੂੰ ਵਾਪਸ ਬੁਲਾਇਆ ਕਿਸੇ ਖਾਸ ਮਕਸਦ ਲਈ। ਉਹਦੀ ਪੈੜ ਨੱਪਣਾ ਬਹੁਤ ਜ਼ਰੂਰੀ ਹੈ। ਹੈਲੋ ਗੁਰਜੀਤ, ਬਲਰਾਜ ਕ੍ਰੋਸ। ਤੂੰ ਫੋਨ ਰੱਖ। ਓ ਮਾਈ ਗੋਡ ਗੁਰਜੀਤ, ਇੰਨੇ ਗੁੱਸੇ 'ਚ ਕਿਤੇ ਕੁਝ ਗਲਤ ਨਾ ਹੋ ਜਾਏ। ਹੈਲੋ ਇੰਸਪੈਕਟਰ ਸਾਹਿਬ, ਅਸੀਂ ਹੁਣੇ ਬਾਜ਼ਾਰ 'ਚ ਬਲਰਾਜ ਨੂੰ ਦੇਖਿਆ, ਤੁਸੀਂ ਪਲੀਜ਼ ਜਲਦੀ ਆ ਜਾਓ ਅਤੇ ਹੁਣੇ ਫੜੋ ਉਸ ਬਦਮਾਸ਼ ਨੂੰ। ਠੀਕ ਆ ਬੇਬਾ, ਤੂੰ ਫੋਨ ਰੱਖ, ਮੈਂ ਕਰਦਾ ਕੁਛ। MLA ਸਾਹਿਬ। ਹਾਂ ਬੋਲ। ਬਲਰਾਜ ਉਹਨਾਂ ਦੀ ਨਜ਼ਰੀ ਚੜ੍ਹ ਚੁੱਕਾ ਹੈ, ਬਾਜ਼ਾਰ 'ਚ ਤੁਰਿਆ ਫਿਰਦਾ। ਤੂੰ ਫੋਨ ਰੱਖ, ਮੈਂ ਆਪ ਕਰਦਾ ਬੰਦੋਬਸਤ। ਹਾਂ।
इंद्रजीत सिंह ने मैनू अंडरग्राउंड करता। मेरी पत्नी तो बच्चों नू दूर भेजता से। हुण जदों इलैक्शन नेड़े आए तो मैनू फिर वापस बुला लिया। मैनू उन्हें अपने बंदे दे उत्थों मरवाउण दी कोशिश, उन्हें जिन्हों मैं सारा कुछ इंद्रजीत सिंह, हुण तैनूं मैं सिद्धा होके टकरांगा। तू बलराज नूं मोरा समझदा रहा। इंद्रजीत सिंह, तेरी बर्बादी ते मोर मैं लवांगा। सिमरन फिर जी मेरी गल तां सुनो। वीर जी की होया जी, क्यों गुस्से चो, किथे जा रहे हो? इन्हें समझा कुछ कि मेरे पैरां दियां बिड़ियां बनने की कोशिश ना करे। देख सिमरन, जदों हनेरी चलती है सारे पत्ते चढ़ जाते हैं। तेरा वीर मेरा सुहाग है ते मैं अपने सुहाग नूं उजड़दे हुए नहीं देख सकती। भाभी चढ़ते तो सिर्फ सुके पत्ते ने, हरे तो झूमते ने मस्ती च।
क्यों सदियों की सांझ तोड़न लगे हो शुदाइयो? भज्जियां बाहां हमेशा गल नूं आउंदियां ने। फड़ो इहनूं। हां वी वड्डी फाहा, देख दे क्यों ला दो अग। ला दे अग तू आ गए। हेलो। हाँ चिड़ी दास। ओ करता तेरी बांदर सेना ने मोर्चा फते। ओ मेरी बांदर सेना ते इन्हां ने कुट कुट के नीली करती। दरख्तां नाल पुठे टंगे पै मेरे बंदे। तू इत्थे बैठा आराम नाल। की कंबलियां मारी जाना साधा। देख इन्ना कुछ होया पुलिस आई नहीं आई ना? किने रोकी? मैं। हुण तो ये दस भी करना की है? तू फोन कट पहला, मैं लुक छिप के बाहर निकलदा, फिर सोचदे करना की है। मास्टर जी तुसी ठीक हो? तेरे वर्गे शेर दे हुंदे हां मैनू की हो सकता है गुरजीत? ए लोक चंदू ते गंगू दे खानदान चों ने, जो सिखां दे आसान भुला के पिट विच छुरा खुबना चाहुंदे ने, पर असी बाबा मोती राम मेहरा ते मक्खन शाह लुवाणा दे वारिस मरदे मर जावांगे पर सांझ नहीं टुटन देंगे। चलो हस्ता चलो मिलना। चलो ये शरारती अंसर इतिहास नूं पुट्ठा गेड़ा देना चाहते ने। जिस गुरु तेग बहादुर ने धर्म की चादर बन के पूरी हिंदू कौम नूं अपने कलावे विच लै लिया सी, उसे दे सिखां दा अपमान करके उस गुरु प्रति आसान फरामोशी करन दी हिमाकत कर रहे ने। जे सिख पुरअमन ढंग नाल अपना कोई दिन मना रहे ने तां किसी नूं की इतराज? तो याद रहे ये कोई हिंदू सिख टकराव नहीं है, कोजी सियासी हलचल। तो मैं इस घटना की जोरदार निखेधी कर दूं। संत जी साडे नायक ने, ते अपने नायक का जन्मदिन मनाना साडा बुनियादी हक है। ये हक सातों कोई खो नहीं सकता। पर की कारण इस जन्मदिन को लेकर ताडा विरोध हो रहा है? विरोध नहीं, साजिश। उस कौम के खिलाफ जिसका इतिहास कुर्बानिया का है। असी तो कदे किसी दूसरे धर्म का निरादर भी बर्दाश्त नहीं किया, फिर अपने धर्म का किवें कर सकते हैं? असी अज तक किसी को नुकसान नहीं पहुँचाया, किसी का विश्वास नहीं तोड़िया, तो ना ही किसी के अकीदियां खिलाफ अपशब्द बोले ने, फिर साढ़े ना धक्का क्यों? कि तुहानू नहीं लगता कि इस घटना तो बाद हिंदू सिख सांझ विच तरेड़ पेगी? हरगिज़ नहीं। लोहा सट्टा खा के ही असल शक्ल अख्तियार करता है। तो मैं तुहानू दस दिया कि ये जो शरारती अंसर होंदे ने इन्हां दा कोई चेहरा नहीं होंदा, ये सिर्फ भड़काउणा जाणदे ने। ते साजिश के पिछे वड्डे वड्डे हाथ ने। MLA इंदरजीत सिंह ते बाबा चिड़ीदास वर्गे मौका प्रस्त लोग ने
ਤੇ ਹੁਣ ਵਕਤ ਆ ਗਿਆ ਇਹਨਾਂ ਦੇ ਨਕਾਬ ਲਾਉਣ ਦਾ ਤੇ ਪੰਜਾਬ ਨੂੰ ਬਚਾਉਣ ਦਾ। ਇਹ ਕਿਹੜੇ ਵੇਲੇ ਦੀ ਆਰਤੀ ਕਰੀ ਜਾਂਦਾ ਹੈ? ਪਤਾ ਨਹੀਂ ਜੀ, ਅੱਧੇ ਘੰਟੇ ਦੇ ਲੱਗੇ ਹੋਏ ਨੇ, ਐਂ ਕਰੀ ਜਾ ਰਹੇ ਨੇ, ਰੁਕਣ ਦਾ ਨਾਂ ਹੀ ਨਹੀਂ ਲੈ ਰਹੇ। ਜੈ ਹਰੀ, ਜਾਓ। ਇੱਥੇ ਟੀਵੀ ਤੇ ਸਾਡੇ ਦੋਨਾਂ ਦੇ ਨਾਂ ਦਾ ਜਾਪ ਹੋ ਰਿਹਾ, ਤੂੰ ਕਿਹੜੇ ਵੇਲੇ ਆਰਤੀ ਕਰੀ ਜਾਂਦਾ? ਮੇਰੀ ਆਪਣੀ ਭੈਣ ਮੇਰੇ ਖਿਲਾਫ ਦੁਸ਼ਮਣਾਂ ਕੋਲ ਜਾ ਕੇ ਖੜੀ ਹੋ ਗਈ ਹੈ। ਮੇਰੀ ਬੇਵਸੀ ਦੇਖ ਕਿ ਮੈਂ ਚਾਹ ਕੇ ਵੀ ਕੁਛ ਨਹੀਂ ਕਰ ਸਕਦਾ। ਓਏ, ਮੇਰਾ ਸਿਰ ਦੁਖੀ ਜਾਂਦਾ, ਤੂੰ ਸਿਰ ਕਿਉਂ ਘੁਮਾਈ ਜਾਂਦਾ? ਸਿਰ ਸਿਰ ਦੀ ਗੱਲ ਹੈ ਸਰਦਾਰ ਜੀ, ਤੇਰਾ ਮੁਸੀਬਤ ਵੇਲੇ ਦੁਖਣ ਲੱਗ ਪੈਂਦਾ ਹੈ ਤੇ ਮੇਰਾ ਤੇਜ ਚੱਲਣ ਲੱਗ ਪੈਂਦਾ ਹੈ। ਉਹ ਕੀ ਪਕਾਈ ਮਰੀ ਜਾਂਦਾ ਤੂੰ? ਓਏ, ਉਹਨਾਂ ਨੇ ਪ੍ਰੈਸ ਕਾਨਫਰੰਸ ਸ਼ਰੇਆਮ ਆਪਣੇ ਦੋਨਾਂ ਦਾ ਨਾਂ ਲਿਆ। ਆਪਾਂ ਵੀ ਲਵਾਂਗੇ, ਚੱਲ ਸ਼ਰੇਆਮ ਪ੍ਰੈਸ ਨੂੰ ਫੋਨ ਕਰ, ਕੱਲ ਨੂੰ ਆਪਾਂ ਵੀ ਪ੍ਰੈਸ ਕਾਨਫਰੰਸ ਕਰਾਂਗੇ। ਤੇਰੀ ਉਲਟੀ ਖੋਪੜੀ। ਓਏ, ਹੋਰ ਕੀ ਚੰਨ ਚੜੇਗਾ? ਚੰਨ ਚੜੇਗਾ ਤਾਂ ਹੀ ਤਾਂ ਸੂਰਜ ਦੀ ਲੋ ਨੂੰ ਮਾਤ ਪਊ। ਤੂੰ ਫੋਨ ਤਾਂ ਕਰ। ਪਰ ਬਾਬਾ ਜੀ, ਉਹ ਤਾਂ ਸਿੱਧਾ ਸਿੱਧਾ ਤੁਹਾਡਾ ਨਾਂ ਲੈ ਰਹੇ ਨੇ। ਹੁਣ ਜੇ ਕੋਈ ਅਸਮਾਨ ਵੱਲ ਥੁੱਕੇਗਾ, ਇਹਦੇ ਨਾਲ ਅਸਮਾਨ ਗੰਦਾ ਤਾਂ ਨਹੀਂ ਹੋਜੂ? ਇਹ ਸਭ ਮਾਸਟਰ ਗਿਰਧਾਰੀ ਲਾਲ ਦੀ ਸਾਜਿਸ਼ ਹੈ ਹਿੰਦੂਆਂ ਖਿਲਾਫ। ਖੁਦ ਹਿੰਦੂ ਹੋ ਕੇ ਸਿੱਖਾਂ ਹੱਥੋਂ ਹਿੰਦੂਆਂ ਦਾ ਕਟਾਪਾ ਕਰਵਾਤਾ, ਅਤੇ ਨਾਲ ਇੱਕ ਬਦਮਾਸ਼ ਆ ਉਹਦੇ ਗੁਰਜੀਤ। ਮਾਸਟਰ ਗਿਰਧਾਰੀ ਲਾਲ ਨੂੰ ਪਤਾ ਹੈ ਕਿ ਮੈਂ ਹਿੰਦੂ ਕੌਮ ਦੇ ਹੱਕਾਂ ਦਾ ਪਹਿਰੇਦਾਰ ਹਾਂ, ਇਸ ਲਈ ਮੈਨੂੰ ਬਦਨਾਮ ਕਰ ਰਿਹਾ। ਤੁਸੀਂ ਦੇਖ ਲੈਣਾ, ਆਉਣ ਵਾਲੀਆਂ ਚੋਣਾਂ 'ਚ ਮੇਰੇ ਹਿੰਦੂ ਭੈਣ ਭਰਾ ਇਹੋ ਜਿਹੇ ਗੱਦਾਰਾਂ ਨੂੰ ਮੂੰਹ ਨਹੀਂ ਲਾਉਣਗੇ। ਇੰਦਰਜੀਤ ਸਿੰਘ ਜੀ, ਤੁਸੀਂ ਹਾਕਮ ਤੀਰ ਦੇ ਨੁਮਾਇੰਦੇ ਹੋ, ਗਲੀਆਂ ਵਿੱਚੋਂ ਖੂਨ ਬਿਹਾ, ਹਥਿਆਰ ਚੱਲੇ, ਲੜਾਈਆਂ ਹੋਈਆਂ, ਕੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ? ਕੀ ਤੁਸੀਂ ਲਾਅ ਐਂਡ ਆਰਡਰ ਕਾਇਮ ਰੱਖੋ? ਬਿਲਕੁਲ ਜੀ, ਇਹ ਸਾਡੀ ਜ਼ਿੰਮੇਵਾਰੀ ਹੈ। ਮੈਂ ਹਾਈ ਕਮਾਂਡ ਨਾਲ ਗੱਲ ਕਰ ਚੁੱਕੇ ਤੇ ਤਫਤੀਸ਼ ਸ਼ੁਰੂ ਹੋ ਚੁੱਕੀ ਹੈ। ਕਸੂਰਵਾਰਾਂ ਨੂੰ ਬਖਸ਼ਿਆ ਨਹੀਂ ਜਾਏਗਾ, ਇਹ ਮੇਰਾ ਤੁਹਾਡੇ ਨਾਲ ਤੇ ਜਨਤਾ ਨਾਲ ਵਾਅਦਾ ਹੈ। ਤੇ ਤੁਸੀਂ ਕਿਸ ਧਿਰ ਨਾਲ ਹੋ? ਤੁਹਾਡੇ ਨਾਲ। ਦੇਖੋ, ਸਿਆਸਤਦਾਨ ਤੇ ਮੀਡੀਆ ਇਹ ਸਮਾਜ ਦੇ ਪਹਿਰੇਦਾਰ ਹੁੰਦੇ ਨੇ, ਡਟ ਕੇ ਪਹਿਰਾ ਦੇਵਾਂਗੇ ਜੀ। ਸਰਵਨ ਕੁਐਸਚਨ। ਚੰਗਾ, ਸਤਿ ਸ਼੍ਰੀ ਅਕਾਲ। ਜੈ ਹਰੀ। ਗੱਲ ਸੁਣੋ, ਆ ਇੰਨੇ ਮੋਟਰਸਾਈਕਲ ਖੜੇ ਆ, ਇੱਕ ਅੱਧਾ ਠੀਕ ਕਰਾ ਕੇ ਮੇਰੇ ਸਾਰੇ ਨੂੰ ਦੇ ਦਿਓ, ਸਾਰਾ ਰੋਜ਼ ਹੀ ਫੋਨ ਕਰਕੇ। ਹਾਂਜੀ ਸਰ ਜੀ। ਮਾਸਟਰ ਗਿਰਧਾਰੀ ਲਾਲ, ਗੁਰਜੀਤ ਤੇ ਉਹਦੇ ਦੋਸਤਾਂ ਨੂੰ ਅੱਜ ਗ੍ਰਿਫਤਾਰ ਕਰੋ। ਪਰ ਰੈਸਟੋਰੈਂਟ ਸਰ ਜੀ? ਉਹ ਸਭ ਇੰਤਜ਼ਾਮ ਮੈਂ ਆਪ ਕਰ ਲੂੰਗਾ। ਨਾਲੇ ਹਾਂ, ਸ਼ਾਮ ਨੂੰ ਕੋਠੀ ਆ ਜੀ ਤੇ ਆਪਣਾ ਸਮਾਨ ਲੈ ਜੀ। ਤਾਂ ਅੰਦਰ ਸੁੱਟੇ ਸਮਝੋ ਸਰ ਜੀ। ਸਭ ਸਾਲੇ ਲਾਲਚੀ ਕੁੱਤੇ। ਵਾਹ ਵਾਹ, ਤੂੰ ਵੀ ਨਾ, ਤੂੰ ਵੀ ਵਾਹ 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 ਹਾਂਜੀ। ਮਾਸਟਰ ਗਿਰਧਾਰੀ ਲਾਲ ਜੀ, ਕੁਝ ਦਿਨਾਂ ਲਈ ਸਰਕਾਰੀ ਨਿਵਾਸ ਤੇ ਤੁਹਾਡੀ ਸੇਵਾ ਕਰਨ ਦਾ ਹੁਕਮ ਹੋਇਆ। ਕਿਸ ਜੁਰਮ 'ਚ? ਜੁਰਮ ਭੋਲੇ ਹੋ ਮਾਸਟਰ ਜੀ, ਰਾਜਨੀਤੀ ਨਹੀਂ ਸਮਝਦੇ।
एक मिनट दोगे मालको? थैंक यू। हाँ जी मास्टर जी। गुरजीत, इंद्रजीत सिंह अपने नाल खेड खेड गया, पुलिस मैनू गिरफ्तार करना ही हुई है। गिरफ्तार? पर क्यों? तू बस मेरी गल सुन, कुछ दिन वास्ते इधर उधर हो जा। मास्टर जी पर तुसी? तेरा बाहर रहना बहुत जरूरी है। ओके, मैं फोन रख रहा हूँ, टेक केयर। इंद्रजीत सिंह अपनी चिखा तैयार कर रहा है, चलो। हाँ भी बाबा, कितने तेरा बदमाश पुत? बल्लिया, तेनू बुजुर्गों नाल गल करन दी तमीज भी नहीं सिखाई किसे ने? जाओ ए, अंदरों कढ़ के लियाओ दे बीबे पुत नू। हाँ बाबा, हुण दस। ओ बाबा, चिड़ी जे बाज ते झपटा मारन की कोशिश करेगी, खंभ तां उहदे जख्मी होणगे ना। ਜਦੋਂ ਬਾਜ਼ ਅੱਤ ਕਰਨ ਦੀ ਹਿਮਾਕਤ ਕਰੇ, ਉਸ ਨੂੰ ਚਿੜੀ ਦੇ ਹੱਥੋਂ ਲਹੂ ਲਹਾਣ ਵੀ ਹੋਣਾ ਪੈਂਦਾ। ਜਨਾਬ, ਅੰਦਰ ਤੇ ਕੋਈ ਵੀ ਨਹੀਂ। ਸਿੱਧੀ ਤਰ੍ਹਾਂ ਦੱਸ ਦੇ ਤੇਰਾ ਮੁੰਡਾ ਕਿੱਥੇ ਹੈ। ਮੇਰਾ ਗੁਰਜੀਤ ਪੁੱਤਰ ਕੋਈ ਚੂਹਾ ਨਹੀਂ ਹੈ ਜੋ ਖੁੱਡ 'ਚ ਹੱਥ ਪਾ ਕੇ ਕੱਢ ਲੋਗੇ। ਉਹ ਇੱਕ ਸੂਰਮਾ ਹੈ, ਸੂਰਮਾ। ਜੇ ਲੱਭ ਹੁੰਦਾ ਤਾਂ ਲੱਭ ਲਓ। ਚਲੋ ਏ, एक्शन प्लान तैयार हो चुका है, बस आज दी रात, कल तुसी आजाद। शेर तां जंगलां विच भी आजाद होंदे ने। आखिरी सट तो पहला बलराज सामने नहीं आना चाहिए। चिड़ी दास, ओए है ता तू चिड़ी, पर कंजरा उडारी तेरी अंबरां तो भी उपर है। ऐसा पत्ता छिटिया वे सारी बाजी पलटाती। इंद्रजीत सिंह, ब्रह्म मास्टर ता हाले मेरे खंभा हेठा है। जद वो चलिया ना मास्टर, पूरी तरह चित। पर चला अपना अस्त्र, ईद लगी तो टंबा फूकिया था की फूकिया दस। फिकर क्यों कर दे हैं? फिकर ना कर, दुश्मन दिया सदरां ते ऐसा जहर छिड़कांगा कि वो चीकू तड़पू पर उठ नहीं सकू। बहुता माण नहीं करीदा हुंदा, बहुता माण ना बंदे नू अरशां तो फर्श ते लेके आ जांदा है। मास्टर तो अंदर है पर गुरजीत अजे पगौड़ा है, ते डर मैनू ओदा है।
पानी हुण सिर तो लंघ चुकिया है। मैं डी आई जी नूं फोन किया, मैं होम मिनिस्टर नूं फोन किया, मैं सीएम साहब नूं भी फोन किया, पर कोई साड़ी गल सुनने तैयार नहीं है। सब साड़ा साथ छड़ गए ने। हुण तू ही कुछ कर। ओ कोई ना, मैं चलाउणा ब्रह्मास्त्र। कोई तू ऐ कर, मुकर जा पब्लिक सामने। सरदार इंद्रजीत सिंह जी दा कहना है कि उहनां दा इस मैटर नाल कोई संबंध नहीं है। ए अपोजिशन दी चाल है, मेरे खिलाफ साजिश है। मेरे वर्गे साफ सुथरे अक्स वाले बंदे बारे कह रहे ने कि मैं ड्रग्स दा धंधा करदा। ओए ए कित्थों आ गया? पता नहीं सर। मैं तो नौजवानों नू नाल लेके तुरदा ताकि इन्हां नौजवानों चों मैं आने वाली पीढ़ी दे लीडर तैयार कर सकां। आने वाले समय दीआं लाशां ते अज दे गुंडे तैयार कर रहे हैं तू इंद्रजीत सिंह। ये लोग भोले सही पर बेवकूफ नहीं। तेरा चेहरा बेपर्द होके रहेगा इंद्रजीत। ये नौजवानों नू भड़का रहा, तुहानू दसां मैं इहदा काम है सिर्फ सुपने दिखाना। इहनू पुछो सुपने पूरे किवें करेगा। इंद्रजीत, हर पंज साल बाद जदों ये अपनी उंगलियां ते जामनी स्याही लगवाउंदे ने तां इन्हां दे मत्थियां विच सुपने उगाउंदे ने। अपने धीआं पुत्तां दा सुनहरी भविख इन्हां दी अखां विच मंडराउण लग पैंदा है। पर मिलदा की है? खाण नूं चिट्टा, पीण नूं फैंसी ते मरन लई कोई खूह, टोबा जां सड़क दी कोई नुक्कर। अद्धियां नूं नशे वाले राह वल तोरता ते बाकी रहिंदियां नूं धर्म दे नां ते भड़का के लहू दे छप्पड़ां च रोड़ता। ए है तेरी ते तेरे वर्गियां दी असलियत सरदार इंद्रजीत सिंह। ए तुहानूं सारिआं नूं गुमराह कर रहा है, गिरफ्तार करो इहनूं। रुको, मुजरिम इधर नहीं उधर है। ए की बदतमीजी है डीएसपी साहब। बदतमीजी? तमीज सिखाण दा हुक्म मैं नाल लेके आया, सबूत। अजय रावण का एक सिर लत्था है, लड़ाई बहुत लंबी है। ਸਿੱਖਾਂ ਨੇ ਹਿੰਦੂਆਂ ਨੂੰ ਬਹੁਤ ਦਬਾਲਿਆ, ਹੁਣ ਅਸੀਂ ਬਦਲਾ ਲੈਣਾ। ਭਦੀੜਾਂ ਪਵਾਉਣੀਆਂ ਨੇ ਇਹਨਾਂ ਦੀਆਂ ਭਦੀੜਾਂ। ਇਹ ਆਪਣੇ ਆਪ ਨੂੰ ਵੱਡੇ ਸ਼ੇਰ ਕਹਾਉਂਦੇ ਆ। ਬੁਜ਼ਦਿਲ ਹੈ ਬੁਜ਼ਦਿਲ, ਡਰਪੋਕ। ਮੈਂ ਆਪਣੇ ਸਾਰੇ ਹਿੰਦੂ ਵੀਰਾਂ ਅੱਗੇ ਆਹਵਾਨ ਕਰਦਾ ਕਿ ਕੰਘਾ ਕੜਾ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ। ਆਪਣੀ ਜ਼ਬਾਨ ਨੂੰ ਲਗਾਮ ਦਿਓ ਚਿੜੀ ਦਾਸਾ। ਖੰਡੀਆ
ਤੇਰੇ ਗੱਲ ਸੌਬਦਾ ਨਹੀਂ। ਆ ਕਕਾਰ ਸਾਨੂੰ ਸਾਡੇ ਗੁਰੂ ਜੀ ਨੇ ਬਖਸ਼ੇ ਨੇ, ਤੈਨੂੰ ਦਿਖਾਵਾਂ ਇਸ ਕੜੇ ਦੀ ਤਾਕਤ। ਹੁਣ ਦੱਸ ਬੁਜ਼ਦਿਲ ਕੌਣ ਹੈ ਤੇ ਸ਼ੇਰ ਕੌਣ? ਜੇ ਏਦਾਂ ਹੀ ਭੱਜਦੇ ਰਹੇ ਤਾਂ ਪਾਕਿਸਤਾਨ ਪਹੁੰਚੋਗੇ। ਪਾਕਿਸਤਾਨ ਕੰਗਾ ਕੜਾ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ। ਬਾਬਾ ਜੀ ਤੇ ਕੰਗਾ ਕੜਾ ਕਿਰਪਾਨ ਧਾਰਨ ਕਰਨ ਵਾਲੇ ਤੇਰੇ ਵਰਗਿਆਂ ਨੂੰ ਸੋਧਣਾ ਵੀ ਜਾਣਦੇ ਨੇ। ਤੇਰੀ ਜੁਰਤ ਕਿਵੇਂ ਹੋਈ ਇਹ ਕਹਿਣ ਦੀ ਕਿ ਕੰਗਾ ਕੜਾ ਕਿਰਪਾਨ ਇਹਨਾਂ ਨੂੰ ਭੇਜੋ ਪਾਕਿਸਤਾਨ? ਤੇਰੀ ਤਾਂ ਭੁੱਲ ਗਿਆ ਤੂੰ, ਇਹ ਕੰਗਾ ਕੜਾ ਕਿਰਪਾਨ ਧਾਰਨ ਕਰਨ ਵਾਲੇ ਉਹੀ ਨੇ ਜਿਨ੍ਹਾਂ ਨੇ ਅਬਦਾਲੀ ਤੋਂ ਧੀਆਂ ਭੈਣਾਂ ਨੂੰ ਬਚਾ ਕੇ ਉਹਨਾਂ ਦੇ ਘਰੋਂ ਘਰੀ ਭੇਜਿਆ ਸੀ। ਉਦੋਂ ਤੂੰ ਤੇ ਤੇਰੇ ਵਰਗੇ ਕਿੱਥੇ ਸੀ? ਹੈਂ ਕਿੱਥੇ ਸੀ? ਇਹ ਕੰਗਾ ਕੜਾ ਕਿਰਪਾਨ ਧਾਰਨ ਕਰਨ ਵਾਲੇ ਉਹੀ ਨੇ ਜਿਹੜੇ ਦੇਸ਼ ਤੇ ਮੁਸੀਬਤ ਪੈਣ ਸਮੇਂ ਹਿੱਕਾਂ ਤਾਣ ਕੇ ਸਭ ਤੋਂ ਮੂਹਰੇ ਖੜੇ ਹੋ ਜਾਂਦੇ ਨੇ। ਉਦੋਂ ਤੂੰ ਤੇ ਤੇਰੇ ਵਰਗੇ ਕਿੱਥੇ ਹੁੰਦੇ ਨੇ? ਹੈਂ ਮਾਸਟਰ ਜੀ ਮੈਨੂੰ ਬਚਾ ਲਓ, ਇਹ ਮਾਰ ਦੇਣਗੇ ਮੈਨੂੰ, ਬਚਾ ਲਓ ਮੈਨੂੰ। ਦੇਖ ਚਿੜੀ ਦਾਸ, ਸਾਇੰਸ ਦੇ ਇਸ ਯੁੱਗ ਵਿੱਚ ਧਰਮ ਦੇ ਨਾਂ 'ਤੇ ਕੋਈ ਭੜਕਾਹਟ ਪੈਦਾ ਕਰੇਗਾ ਉਸ ਦਾ ਇਹ ਹਸ਼ਰ ਤਾਂ ਹੋਏਗਾ। ਰਹੀ ਗੱਲ ਮਾਫ਼ੀ ਦੀ, ਦੋ ਕੌੜੇ ਬੋਲ ਬੋਲ ਕੇ ਨੁਕਸਾਨ ਤਾਂ ਤੂੰ ਪੂਰੀ ਪੰਜਾਬੀਅਤ ਅਤੇ ਹਿੰਦੂ ਸਿੱਖ ਸਾਂਝ ਦਾ ਕੀਤਾ, ਪਰ ਮਾਫ਼ੀ ਤੈਨੂੰ ਸਿੱਖਾਂ ਤੋਂ ਹੀ ਮਿਲ ਸਕਦੀ ਹੈ। ਉਹ ਬਾਬੇ ਮਾਫ਼ ਕਰ ਦਿਓ ਮੈਨੂੰ, ਆ ਖਿੱਚੇ ਕੰਨ ਨਹੀਂ ਬੋਲਦਾ ਅੱਗੇ ਤੋਂ, ਮਾਫ਼ ਕਰ ਦਿਓ ਮਾਫ਼, ਗਲਤੀ ਹੋ ਗਈ, ਨਹੀਂ ਕਰਦਾ ਅੱਗੇ ਤੋਂ, ਮਾਫ਼ ਕਰ ਦਿਓ, ਇੱਕ ਵਾਰੀ ਮਾਫ਼ ਕਰ ਦਿਓ ਬਸ। ਚਿੜੀਦਾਸ, ਸਿੱਖ ਤੈਨੂੰ ਭਾਵੇਂ ਮਾਫ਼ ਕਰ ਦੇਣ ਪਰ ਕਾਨੂੰਨ ਤੈਨੂੰ ਮਾਫ਼ ਨਹੀਂ ਕਰੇਗਾ, ਤੂੰ ਗੁਨਹਗਾਰ ਹੈ, ਸਜ਼ਾ ਤੈਨੂੰ ਜ਼ਰੂਰ ਮਿਲੇਗੀ। ਕੜੋ ਇਹਨੂੰ, ਸੁੱਟੋ ਗੱਡੀ 'ਚ, ਚੱਲ। ਸਹੀ ਤੇਰਾ ਗਲਤ ਲੋਕ, ਗਲਤ ਤੇਰਾ ਸਹੀ ਲੋਕ, ਫੈਸਲੇ ਲੈਣੇ ਪੈਣਗੇ ਗੁਰਜੀਤ ਸਿੰਘ। ਜਿਉਂ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ। ਲੜਾਈ ਇਸੇ ਤਰ੍ਹਾਂ ਜਾਰੀ ਰਹੇਗੀ ਮਾਸਟਰ ਜੀ, ਜਦੋਂ ਤੱਕ ਲਾਲੋ ਦੀ ਕਿਸਮਤ ਮਲਕ ਭਾਗੋ ਦੀ ਮੁੱਠੀ 'ਚ ਹੈ।